अग लगने काम ही नहीं मुकते है घर दे कदे आ कर लै कदे ओ कर लै चल शुक्र है रब दा इहदे 15 दिहाड़ियां पूरियां हो गईयां मिस्त्री नाल चल अज तां पैसे पूसे लियाऊंगा चल बढ़िया मैं भी सूट लाऊंगी मेरी गुआंढण देख ला सड़ी हुई तीजे दिन नवा नवा सूट पा लैंदी हैगी मैं भी मचाऊंगी फिर नवा जिहा सूट पा के हरमना की करी जानी है आ गए जी तुसी हां हां आ गया दादा सौदा पत्ता जे लेके आया चल ये तो ठीक है जी हां मिस्त्री ने पैसे देते थोनू हां देते उसे तो लेंदा सौदा पत्ता अच्छा 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 हां लियो फिर दे दो मेरे हाथ पैसे केड़े पैसे जड़ जड़े मिस्त्री ने दिते ने अज ओ मिस्त्री ने 15 दिहाड़ियां ने 15 चो 10 दिहाड़ियां दे पैसे दिते ने कहंदा फेर दे जी 3000 रुपए दिते 3000 दा मैं सौदा लेके आ गया मिस्त्री पैसे दू उन्नी लेके आऊंगा तू ना रब दे बंदिया कदे हसिया तू रोंदा रहा तेरे तू हमेशा कर्मा नू रोंदा रहेगा तू ना कदे कहा भी हां मैं अज सौखा गा अज ले आ खुश हो के कदे कहा मैनू ਕਰੇ ਲੈ ਕੇ ਗਿਆ ਮੈਨੂੰ ਸ਼ਾਪਿੰਗ ਕਰਾਉਣ ਕਰੇ ਖਵਾਉਣ ਲੈ ਕੇ ਗਿਆ ਕੁਛ ਉਹ ਮੈਂ ਕਾਦੇ ਸਿਰ ਤੇ ਲਿਆਉਂਗਾ ਸ਼ਾਪਿੰਗ ਕਰਾ ਕੇ ਤੈਨੂੰ ਐਂ ਤਾਂ ਦੱਸ ਦੇ ਮੈਨੂੰ ਦਿਹਾੜੀਆਂ ਨਾਲ ਤਾਂ ਟਾਈਮ ਪਾਸ ਹੁੰਦਾ ਕਿਉਂ ਸ਼ਾਪਿੰਗ ਨੂੰ ਕਹਾ ਮੇਰੇ ਬੈਂਕਾਂ 'ਚ ਪੈਸੇ ਪਏ ਨੇ ਆ ਮੇਰੀਆਂ ਵੀ ਰੀਝਾਂ ਨੇ ਜੀ ਮੈਂ ਕਿੱਥੇ ਜਾਵਾਂ ਕਿਹੜੇ ਖੂਹ 'ਚ ਜਾ ਕੇ ਛਾਲ ਮਾਰਾਂ ਮੈਂ ਜਾਣਦਾ ਫਿਰ ਤੇਰੀ ਰੀਝਾਂ ਨੂੰ ਰੀਝਾਂ ਵੇ ਦੇ ਸ਼ਾਹ ਬਣਾਲੇ ਪੂਰੀਆਂ ਕਰੀ ਜਾਂਦੀਆਂ ਹੁੰਦੀਆਂ ਨੇ ਤੂੰ ਤਾਂ ਵੱਡੇ ਵੱਡੇ ਬੰਦੇ ਵਾਲੀਆਂ ਕੰਮਾਂ ਕਰਦੇ ਵੱਡੇ ਵੱਡੇ ਵਾਲੇ ਬੰਦੇ ਨਾਲ ਕਿਵੇਂ ਆਪਣਾ ਟਾਈਮ ਪਾਸ ਹੋਊਗਾ ਮੈਂ ਕਿਹੜੇ ਵੱਡੇ ਬੰਦੇ ਰੀਸਾਂ ਕਰ ਲਈਆਂ ਮੈਂ ਹੈ ਸੂਟ ਤਾਂ ਅੱਜ ਤੱਕ ਮੈਂ ਥੱਲੇ ਲੈ ਕੇ ਨਹੀਂ ਪਾਇਆ ਗਿਆ ਹੈਗਾ ਕੋਈ ਚੱਜ ਨਾਲ ਬਿੰਦੀ ਸੁਰਖੀ ਮੈਂ ਨਹੀਂ ਲਾਉਂਦੀ ਹੈਗੀ ਦੱਸ ਕਿਹੜੀਆਂ ਰੀਝਾਂ ਪੂਰੀਆਂ ਕਰ ਲਿਆ ਕਿਹੜੇ ਵੱਡੇ ਬੰਦੇ ਦੇ ਸ਼ੌਕ ਪੂਰੇ ਕਰ ਲਏ ਮੈਂ ਉਹ ਤੂੰ ਤਾਂ ਹਰਮਨ ਉਹੀ ਜਵਾਕਾਂ ਵਾਲੀਆਂ ਗੱਲਾਂ ਕਰੀ ਜਾਂਦੀ ਹੈ ਜਰਾ ਜਵਾਕਾਂ ਵਾਲੀਆਂ ਗੱਲਾਂ ਤੁਸੀਂ ਕਰਦੇ ਹੋ ਜੀ ਮੇਰੇ ਨਾਲ ਉਹ ਮੈਂ ਕਾਹਨੂੰ ਕਰਦਾ ਜਵਾਕਾਂ ਵਾਲੀਆਂ ਗੱਲਾਂ ਮੇਰੇ ਤਾਂ ਦਿਲ ਹੀ ਤੋੜਤਾ ਦੁਖੀ ਕਰਤਾ ਮੈਨੂੰ ਤਾਂ ਮੈਂ ਕਾਹਨੂੰ ਦਿਲ ਤੋੜ ਕੇ ਰਾਜੀ ਹਾਂ ਸੌਦਾ ਪੱਤਾ ਮੁੱਕਿਆ ਪਿਆ ਜੀ ਸਭ ਤੋਂ ਜ਼ਰੂਰੀ ਖਾਣਾ ਪੀਣਾ ਹੈ ਜੇ ਹੁਣ ਘਰ ਦੇ ਵਿੱਚ ਆਟਾ ਗੋਟਾ ਨਹੀਂ ਹੈਗਾ ਚਾਹ ਘੁੜ ਨਹੀਂ ਹੈਗਾ ਇੱਕ ਰਿਸ਼ਤੇਦਾਰ ਆ ਗਿਆ ਉਹਨੂੰ ਕੀ ਪਿਆਵੇਂਗੇ ਬੇਇੱਜ਼ਤੀ ਨਹੀਂ ਹੋਊਗੀ ਕੱਲ੍ਹ ਸੂਟ ਤਾਂ ਹੀ ਦੇਖਦਾ ਦੇਖੂਗਾ ਤਾਂ ਚਾਹ ਘੁੜੇ ਉਹ ਤਾਂ ਤੇਰੀ ਗੱਲ ਠੀਕ ਆ ਜੀ ਪਰ ਮੇਰਾ ਵੀ ਦਿਲ ਕਰਦਾ ਹੈਗਾ ਮੈਂ ਵੀ ਸੂਟ ਪਾ ਲਾਂ ਮੈਂ ਵੀ ਮਾੜਾ ਮੋਟਾ ਮੂੰਹ ਲਿਪ ਲਿਆ ਕਰਾਂ ਉਹ ਕੋਈ ਨਾ ਲਿਪ ਲਿਆ ਕਰੀ ਮੈਂ ਤਾਂ ਕਦੋਂ ਕਦੋਂ ਲਿਪੂੰਗੀ ਜਦੋਂ ਬੁੜੀ ਹੋ ਗਈ ਉਹਦਾ ਕਦੋਂ ਰੀਝਾਂ ਪੂਰੀਆਂ ਕਰੂੰ ਮੈਂ ਆਪਦੀਆਂ ਓਹੋ ਮੈਂ ਤੂੰ ਠੰਡੀ ਰਿਹਾ ਕਰ ਮਾੜਾ ਤੱਤਾ ਨਾ ਚੱਲਿਆ ਕਰ ਮੈਂ ਹੁਣ ਅੱਗੇ 2-4 ਦਿਨਾਂ ਤੱਕ ਹੋਰ ਪੜ ਦੂੰਗਾ 500-700 ਰੁਪਇਆ ਉਦੋਂ ਤੈਨੂੰ ਸੂਟ ਲਿਆ ਦੂੰਗਾ ਨਾ ਮੁੱਕਰ ਕਾ ਤੋ ਗਿਆ ਕੀ ਗੱਲ ਕੰਮ ਨਹੀਂ ਕਰਾਇਆ ਹੈਗਾ ਉਹਨੇ ਹੈ ਸਾਰੇ ਕੰਮ ਸਾਰਾ ਦਿਨ ਕੰਮ ਕਰਾ ਕੇ ਹੈ ਧੁੱਪੇ ਧੁੱਪੇ ਹੁਣ ਮੁੱਕਰ ਦਾਗਾ ਪੈਸੇ ਉਹ ਮੁੱਕਰ ਦਾ ਕਾਹਨੂੰ ਐ ਕਹਿੰਦਾ ਸਾਰੇ ਦਿਹਾੜੀਆਂ ਨੂੰ ਵੰਡੇ ਨੇ ਥੋੜ੍ਹੇ ਥੋੜ੍ਹੇ ਕਰਕੇ ਹੁਣ ਕਹਿੰਦਾ ਅੱਗੇ ਜੇ ਜ਼ਿਮੀਂਦਾਰ ਦਊਗਾ ਤਾਂ ਠੇਕੇਦਾਰ ਕਹਿੰਦਾ ਅੱਗੇ ਤੁਹਾਨੂੰ ਥੋੜ੍ਹਾ ਥੋੜ੍ਹਾ ਕਰਕੇ ਤੁਹਾਨੂੰ ਵੰਡਦਾ ਨਾ ਮੈਂ ਝੂਠ ਮਾਰਦਾ ਹੈਗਾ ਜਾਣ ਕੇ ਨਹੀਂ ਦਿੰਦਾ ਹੈਗਾ ਹੁਣ ਅਗਲੇ ਦਾ ਕੀ ਪਤਾ ਝੂਠ ਬੋਲਦਾ ਕਿ ਸੱਚ ਬੋਲਦਾ ਹੁਣ ਕਿਹੜਾ ਆਪਾਂ ਉਹਦੇ ਗਲ 'ਤੇ ਆਰਾ ਧਰਾਂਗੇ ਹੁਣ ਜੇ ਗੁੱਸੇ ਗਿੱਲੇ ਹੁੰਦੇ ਆ ਜਿਹੜੇ ਲਾਏ ਨੇ 15 ਦਿਨ ਉਹ ਵੀ ਪੈਸੇ ਜਾਣਗੇ ਜਿੱਦਣ ਦਾ ਤੂੰ ਮੈਨੂੰ ਵਿਆਹ ਕੇ ਲਿਆਇਆ ਨਾ ਸਾਰੀ ਜ਼ਿੰਦਗੀ ਆਹੀ ਕੰਜਰਖਾਨੇ ਨੂੰ ਹੋ ਗਿਆ ਕਦੇ ਨਾ ਕਿਹਾ ਤੂੰ ਮੈਨੂੰ ਵੀ ਹਾਂ ਤੂੰ ਅੱਜ ਸੌਖਾ ਹੈਗਾ ਉਹ ਹਰਮਨ ਤੈਨੂੰ ਵੀ ਇਹ ਚੀਜ਼ ਦਾ ਪਤਾ ਹੈ ਆਪਣੀ ਕਬੀਰਦਾਰੀ ਦਾ ਵੀ ਕਿੰਨਾ ਮੈਂ ਦਿਨ ਰਾਤ ਮਰਦਾ ਤੇਰੇ ਸਾਹਮਣੇ 1 ਮਿੰਟ ਨਹੀਂ ਖੜਦਾ ਹੈਗਾ ਹੁਣ ਜੇ ਜਿਹੋ ਜਿਹੇ ਬਣਦੇ ਨੇ ਮੈਂ ਲਿਆ ਦਾਣਾ ਹੁਣ ਜੇ ਰੱਬ ਇਹ ਨਹੀਂ ਸਾਥ ਦੇ ਰਿਹਾ ਹੁਣ ਮੇਰੇ ਕੀ ਸਾਰੇ ਜੀ ਮੈਂ ਤਾਂ ਤੁਹਾਨੂੰ ਐਂ ਕਹਿ ਦਿੱਤੀ ਹਾਂ ਸਰਪੰਚ ਦੇ ਘਰੇ ਕੰਮ ਨਾ ਕਰਨ ਲੱਗ ਜਾ ਮੈਂ ਉਹ ਸਰਪੰਚ ਦੇ ਘਰੇ ਕੰਮ ਤਾਂ ਲੱਗ ਜੇ ਉਹ ਮੈਂ ਸੋਹਣਾ ਕਹਿੰਦੇ ਸਰਪੰਚ ਬਹੁਤਾ ਵਧੀਆ ਬੰਦਾ ਨਹੀਂ ਹੈਗਾ ਉਹ ਚੱਲ ਵਧੀਆ ਨੂੰ ਮੈਂ ਕੀ ਲੈਣਾ ਹੈਗਾ ਉਹਦੀ ਤੀਵੀਂ ਹੈਗੀ ਆ ਘਰੇ ਬੱਚੇ ਹੈਗੇ ਨੇ ਮੈਂ ਤਾਂ ਆਪਦਾ ਕੰਮ ਨਿਬੇੜ ਕੇ ਆ ਜਾ ਕਰੂੰਗੀ ਨਾਲੇ ਤੇਰੇ ਨਾਲ ਮਾੜਾ ਮੋਟਾ ਸਹਾਰਾ ਲੱਗ ਜਾ ਕਰੂਗਾ ਉਹ ਤਾਂ ਚੱਲ ਤੇਰੀ ਮੰਨਦਾ ਗੱਲ ਫੇਰ ਹੁਣ ਇਕੱਲੇ ਨਾਲ ਤਾਂ ਟਾਈਮ ਪਾਸ ਹੁੰਦਾ ਨਹੀਂ ਹੈਗਾ ਮਾੜਾ ਮੋਟਾ ਚਲਾਇਆਗਾ ਤੂੰ ਮਾੜਾ ਮੋਟਾ ਸੌਦਾ ਪੱਤਾ ਲਿਆ ਕਰੇਗਾ ਮੈਂ ਉੱਪਰਲਾ ਖਰਚਾ ਕਰ ਲਿਆ ਕਰੂੰਗੀ ਉਹ ਤਾਂ ਠੀਕ ਹੈ ਹੈ ਅਲਾ ਚੋਲੇ ਜਿੱਕ ਸਮਾਨ ਜਾ ਪਿਆ ਦੀ ਖੜਾਈ ਉਰਾ ਮੜਾ ਜਾ ਕਿਹੜਾ ਗਾ ਇਹ ਜਾ ਕੀ ਲਿਆ ਬੇ ਓਏ ਲੈ ਤੀ ਯਾਰ ਥਕੇ ਮਾ ਜਾ ਰਿਆ ਤੀ ਬੂ ਮੈਂ ਮਰ ਜਾ ਦੇਖ ਲੈ ਆਪਦੇ ਮੂਤ ਪੀਣ ਨੂੰ ਬਥੇਰੇ ਪੈਸੇ ਨੇ ਤੇਰੇ ਕੋਲੇ ਆ ਆ ਆਹ ਲੱਛਣ ਕਰਦਾ ਫਿਰਦਾਗਾ ਬਾਹਰ ਹੈ ਮੇਰੇ ਵਾਰੀ ਤੇ ਅੱਗ ਲੱਗ ਜਾਂਦੀ ਹੈਗੀ ਲੱਛਣ ਕਿੱਥੇ 10 ਦਿਨਾਂ ਬਾਅਦ ਅੱਜ ਲੈ ਕੇ ਆਏ ਦੀ ਕੁੱਟ ਮਹਾ ਲਾ ਲਾਂਗੇ ਥਕੇ ਮਾ ਹੋਰੇ ਰੋਜੀ ਪੀਨਾ ਰੋਜੀ ਇੱਥੇ ਲੱਤਾਂ ਜੋੜੀਆਂ ਕਰਕੇ ਪੈਨਾਗਾ ਪੀ ਪੀ ਕੇ ਉਹ ਕਾਨੂੰ ਪੈਨਾ ਯਾਰ ਤੂੰ ਤੇ ਉਹੀ ਗੱਲਾਂ ਤੇਰੀਆਂ ਉਹੀ ਗੱਲਾਂ ਮੇਰੀਆਂ ਆਪਦੇ ਪੀਣ ਵਾਲੇ ਪੈਸੇ ਹੈਗੇ ਨੇ ਸਾਰੇ ਜੇਬਾਂ ਭਰੀਆਂ ਹੋਈਆਂ ਨੇ ਮੇਰੇ ਵਾਰੀ ਪਿੱਟਣ ਬੈਠ ਜਾਨੇਗਾ ਚੱਲ ਤੂੰ ਬਹੁਤਾ ਬਕਵਾਸ ਨਾ ਮਾਰਿਆ ਕਰ ਇੱਕ ਵਾਰੀ ਬੰਦੇ ਦੀ ਗੱਲ ਸੁਣ ਲਿਆ ਕਰਨ ਦੇ ਬੰਦਾ ਵੀ ਮੇਰੀ ਗੱਲ ਸੁਣ ਲਵੇ ਘਰ ਵਾਲੀ ਕੀ ਕਹਿੰਦੀ ਹੈ ਉਹ ਮੈਂ ਤੇਰੀ ਹੁਣ ਸੁਣਦਾ ਸਵਾ ਸੁਣਦਾਗਾ ਜੇ ਸੁਣਦਾ ਹਰ ਇੱਕ ਗੱਲ ਤੇਰੀ ਪੂਰੀ ਕਰਦਾ ਆਹੀ ਆਹੀ ਪੀਣ ਜੋਗਾਗਾ ਆਹੀ ਕੁਝ ਕਰਨ ਜੋਗਾਗਾ ਤੂੰ
ਇਹੋ ਜਿਹੇ ਭੈਣ ਜੋ ਦੀ ਇਹ ਮੇਰੇ ਪਚੂਗੀ ਜਿਹੜੇ ਤੇਰੇ ਜਮੀਨ ਤੇ ਦੰਦਾ ਰੱਖੇ ਨੇ। ਹਾਂ ਮੈਂ ਤਾਂ ਗਾਹਾਂ ਖੀਰੇ ਕੱਟ ਕੇ ਧਰਾਂ ਤੇਰੇ ਮੂਹਰੇ ਵੀ ਹਾਂ ਪੀ ਲੈ। ਤਰੀ ਇਹ ਖੜੀ ਹੈ ਖੀਰੇ ਤੇ ਤਾਂ ਤੂੰ ਤਾਂ ਸੁੱਕੀ ਨਹੀਂ ਪੀਣ ਦਿੰਦੀ, ਖੀਰੇ ਦੇਵੇਂਗੀ ਧਰ ਕੇ ਭੱਗ ਜਾ ਇੱਥੋਂ ਉੱਠ ਕੇ ਮੇਰੇ ਕੋਲੋਂ, ਮੇਰੇ ਤਾਂ ਪਹਿਲੀ ਸਿਰ ਦੁਖਦਾ ਹੈਗਾ। ਚੰਗਾ ਪਾਣੀ ਲਿਆ ਦੀ ਅੰਦਰ ਜਾ ਕੇ, ਪਾਣੀ ਲਿਆ ਦੀ ਲਾਉਣੀ ਆ ਸਟੋਲ ਤੇਰੇ ਮੂਹਰੇ। ਚੱਲ ਜਾ ਭਾ ਜਾ। ਕਿਹੋ ਜਿਹਾ ਬੰਦਾ ਪੱਲੇ ਪਿਆ, ਮਾਪਿਆਂ ਨੇ ਕੁਛ ਨਹੀਂ ਦੇਖਿਆ ਹੈਗਾ ਵੀ ਹਾਂ ਚੱਜਦੇ ਦੇ ਵਿਆਹ ਦੇਣ ਜਿਹਦੇ ਜ਼ਮੀਨ ਜਾਇਦਾਦ ਹੋਵੇ, ਚੱਲ ਮਾੜਾ ਮੋਟੇ ਪੈਸੇ ਧੇਲੇ ਵਾਲਾ ਬੰਦਾ ਹੋਵੇ। ਆ ਵਿਆਹ ਧੀ ਇਹਦੇ ਸੜੇ ਹੋਏ ਲੱਗੜ ਦੇ ਘਰੇ ਮਾਰੀ ਜਾਓ ਤੇ ਚੁੱਲ੍ਹੇ ਨਾਲ ਮੱਥਾ। ਹੁਣ ਲਿਆਉਣੀ ਆ ਗਈ ਰਿੰਗੀ ਜਾਨਾ ਬੈਠਾ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਬੱਲੇ ਅਮਰੀਕ, ਹੋਰ ਕੀ ਹਾਲ ਆ? ਠੀਕ ਹੈ ਸਰਪੰਚ ਸਾਹਿਬ। ਹੋਰ ਵਧੀਆ? ਹਾਂ ਹਾਂ ਵਧੀਆ। ਕਿਵੇਂ ਕੁ ਟਰੈਕਟਰ ਸਾਫ਼ ਕਰੀ ਜਾਂਦੇ ਹੋ ਜਾਣਾ ਕਿਤੇ? ਨਾ ਨਾ ਆਪਣੀ ਜੀਰੀ ਆ ਗਈ 2 ਕਿੱਲੇ ਤੇਲ ਜਿਹਾ ਪਵਾ ਕੇ ਲਿਆਉਂਦੇ, ਮੈਂ ਟੈਂਕੀ ਭਰਾ ਲਿਆ ਹੁਣ ਸਾਰਾ ਸਰਜੂ ਗੇੜਿਆਂ ਦਾ। ਅੱਛਾ ਅੱਛਾ, ਹਾਂ ਹੁਣ ਤਾਂ ਟਾਈਮ ਹੀ ਹੈ। ਮੈਂ ਤਾਂ ਸਰਪੰਚ ਸਾਹਿਬ ਇੱਕ ਕੰਮ ਆਇਆ ਛੋਟੇ ਲਵੇ। ਹਾਂ ਦੱਸ ਕੀ ਕੰਮ ਆ? ਉਹ ਤੁਹਾਨੂੰ ਪਤਾ ਹੈ ਹੁਣ ਮੈਂ ਦਿਹਾੜੀ ਦੁਹਾੜੀ 'ਤੇ ਜਾਂਦਾ ਜੀ, ਦਿਹਾੜੀ ਦੁਹਾੜੀ ਨਾ ਹੁੰਦਾ ਟਾਈਮ ਪਾਸ ਮੇਰਾ। ਅੱਛਾ, ਉਹ ਤਾਂ ਮੇਰੇ ਘਰ ਵਾਲੀ ਕਹਿੰਦੀ ਸੀ ਵੀ ਮੈਨੂੰ ਕਿਸੇ ਦੇ ਪੁੱਛ ਲੈ ਸਰਪੰਚ ਸਰਪੰਚ ਵਰਗੇ ਦੇ ਵੀ ਚਾੜੂ ਪੋਚਾ ਜਿਹਾ ਕਰਿਆ ਆਊਂਗੀ ਜਿਹੜਾ ਜਿਆ ਕਰਨਗੇ 2,000-3,500 ਰੁਪਇਆ, ਚੱਲ ਆਪਣਾ ਉੱਪਰਲਾ ਚੱਲੀ ਜਾਇਆ ਕਰੂਗਾ ਖਰਚਾ। ਅੱਛਾ ਅੱਛਾ, ਉਹ ਮੈਂ ਤਾਂ ਹੀ ਆਇਆ ਸੀ ਵੀ ਜੇ ਤੁਸੀਂ ਕਹੋ ਤਾਂ ਮੈਂ ਕੰਮ 'ਤੇ ਲਾ ਦਾਂ ਤੁਹਾਡੇ ਲਵੇ ਉਹਨੂੰ। ਅੱਛਾ ਅੱਛਾ, ਕੋਈ ਗੱਲ ਨਹੀਂ, ਝਾੜੂ ਪੋਚਾ ਕਰ ਜਾ ਕਰੂ ਫਿਰ। ਅੱਛਾ, ਹਾਂ ਪਹਿਲਾਂ ਵੀ ਮੈਂ ਤੈਨੂੰ ਕਿਹਾ ਤਾਂ ਹੈਗਾ ਇੱਕ ਵਾਰੀ, ਉਹ ਤੂੰ ਕਹਿੰਦਾ ਵੀ ਪਤਾ ਨਹੀਂ ਕਰਦੀ ਨਹੀਂ, ਉਹ ਤਾਂ ਬਈ ਬਿਮਾਰ ਬਮੂਰ ਜੀ ਥੋੜ੍ਹਾ ਜਿਹਾ ਬਿਮਾਰ ਰਹਿ ਗਈ ਸੀ ਉਦੋਂ। ਅੱਛਾ, ਹਾਂ ਬੁਖਾਰ ਜਿਹਾ ਚੜ੍ਹੀ ਜਾਂਦਾ ਸੀ ਪਹਿਲਾਂ। ਅੱਛਾ, ਹੁਣ ਠੀਕ ਹੈ ਬਸ। ਉਹ ਕਹਿੰਦੀ ਮੈਂ ਕਰਦਾ ਕਰੂੰ ਚੱਲ ਸਰਪੰਚ ਸਾਹਿਬ ਦੇ ਝਾੜੂ ਪੋਚਾ ਜਿਹਾ। ਹਾਂ ਫਿਰ ਕਿੰਨੇ ਪੈਸੇ ਦੇ ਦਿਆ ਕਰੂੰਗਾ ਸਰਪੰਚ ਸਾਹਿਬ? ਬਸ ਕੋਈ ਨਾ ਜੀ, ਇੰਨਾ ਤੁਹਾਡਾ ਪਹਿਲਾਂ ਲਾਉਂਦੀ ਹੋਊਗੀ, ਉੱਧਰ ਨੰਬਰਦਾਰਾਂ ਕਦੀ ਲਾਉਂਦੀ ਤਾਂ ਹੈਗੀ ਸੀ। ਹਾਂ ਹਾਂ, ਉਹਨਾਂ ਨੇ ਤਾਂ 3,000 ਰੁਪਇਆ ਦਿੰਦੇ ਸੀ। ਬਸ ਕੋਈ ਨਾ, ਆਪਾਂ ਵੀ ਦੇ ਦਿਆ ਕਰਾਂਗੇ ਇੰਨਾ ਕੁ, ਬਸ ਝਾੜੂ ਪੋਚਾ ਕਰ ਜਾ ਕਰੂ, ਮਾੜਾ ਮੋਟਾ ਕੂੜਾ ਕਾੜਾ ਕੱਢਿਆ ਕਰੂਗੀ, ਹੋਰ ਕਰ ਜਾ ਕਰੂ ਮਾੜਾ ਮੋਟਾ, ਕੋਈ ਇੱਧਰ ਭਾਂਡੇ ਭੁੰਡੇ ਧੋ ਜਾ ਕਰੂਗੀ। ਆਹੋ, ਹਾਂ ਚੱਲ ਕੋਈ ਨਾ ਸਰਪੰਚ ਸਾਹਿਬ, ਫਿਰ ਮੈਂ ਕੱਲ੍ਹ ਤੋਂ ਭੇਜ ਦਿਆ ਕਰਾਂ। ਹਾਂ ਬਾਹੂ ਦੁੱਧ ਦਾ ਗਲਾਸ ਲੈ ਜਾ ਕਰੂ, ਚੱਲ ਦੁੱਧ ਬਹੁਤ ਆਪਣੇ ਹੈਗਾ ਵਾਧੂ। ਅੱਛਾ ਧੰਨਵਾਦ, ਚੱਲ ਦੁੱਧ ਦੇ ਦਿਆ ਕਰੋ, ਨਾਲੇ ਸਾਡਾ ਚਾਹ ਪਾਣੀ ਦਾ ਬਣ ਜਾ ਕਰੂ। ਹਾਂ ਕੋਈ ਨਾ ਭਾਈ, ਕੋਈ ਮੁੱਲ ਲੈਣਾ ਪੈਂਦਾ ਸੀ ਮੁੱਲ ਘੱਟ ਲੈ ਲਿਆ ਕਰਾਂਗੇ। ਹਾਂ ਚੱਲ ਕੋਈ ਨਾ, ਮੈਨੂੰ ਕਾਹਲੀ ਆ ਫਿਰ। ਚੱਲ ਕੋਈ ਨਾ ਜੀ, ਫਿਰ ਤੇਲ ਦੀ ਟੈਂਕੀ ਭਰਾ, ਕੱਲ੍ਹ ਤੋਂ ਭੇਜ ਦਿਆ ਕਰੂ ਫਿਰ ਮੈਂ। ਹਾਂ ਭੇਜ ਦੀ ਕੋਈ ਨਾ। ਚੰਗਾ ਜੀ, ਹੋਰ ਹੈਂ ਅੱਜ ਪਾਥੀਆਂ ਫਿਰ ਘਟ ਗਈਆਂ, ਕੰਜਰੀਆਂ ਤੀਮੀਆਂ ਦਾ ਬੇੜਾ ਵਹਿੰਦਾ ਹੈਗਾ। ਮਸਾਂ ਤਾਂ ਲੋਕਾਂ ਦੇ ਘਰੋਂ ਗੋਹਾ ਚੱਕ ਚੱਕ ਕੇ ਪਾਥੀਆਂ ਪਾਥੀਆਂ ਗੀ, ਫਿਰ ਨਹੀਂ ਹਟਦੀਆਂ ਚੋਰੀ ਕਰਨ, ਪਤਾ ਨਹੀਂ ਕੀ ਸ਼ਰਮ ਉੱਤਰ ਰਹੀ ਇਹਨਾਂ ਦੀ, ਇਹ ਵੀ ਪਤਾ ਨਹੀਂ ਕਿੱਥੇ ਰਹਿ ਗਏ। ਚੱਲ ਅੱਜ ਸਰਪੰਚ ਦੇ ਘਰੇ ਗੱਲ ਤਾਂ ਕਰਨ ਗਿਆ ਹੋਇਆਗਾ, ਰੱਬ ਕਰੇ ਗੱਲ ਬਣ ਜੇ, ਮਾੜਾ ਮੋਟਾ ਘਰ ਦਾ ਖਰਚਾ ਤੁਰੀ ਜਾਊਗਾ। ਉਹ ਹਰਮਨ ਕੀ ਕਰੀ ਜਾਂਦੀ ਹੈ? ਪਾਥੀਆਂ ਲੱਗੀ ਥੱਲਣਾ, ਪਾਥੀਆਂ ਥੱਲਦੀਆਂ ਹੋਰ ਕੀ ਕਰਦੀਆਂ ਗੀ। ਅੱਛਾ ਅੱਛਾ, ਚੱਲ ਵਧੀਆ ਰਹੀ। ਆ ਤੀਮੀਆਂ ਦਾ ਬੇੜਾ ਬਹਿ ਜਾਂਦਾ ਦੇਖ ਲੈ ਹਨਾ, ਤੀਜੇ ਦਿਨ ਕੋਈ ਨਾ ਕੋਈ ਪਾਥੀਆਂ ਚੱਕ ਕੇ ਲੈ ਜਾਂਦੀ ਹੈਗੀ। ਐਂ ਨਹੀਂ ਹਟਦੀਆਂ ਹੈਗੀਆਂ, ਐਂ ਨਹੀਂ ਸ਼ਰਮ ਕਰਦੀਆਂ ਹੈਗੀਆਂ ਵੀ ਹਨਾ, ਅਗਲਾ ਤਾਂ ਮਸਾਂ ਪਤਾ ਨਹੀਂ ਗੁਜ਼ਾਰਾ ਕਰਦਾ ਕਿਵੇਂ ਨਹੀਂ ਕਿਵੇਂ ਨਹੀਂ। ਓਏ ਅੱਜ ਕੱਲ੍ਹ ਤਾਂ ਬਸ ਲੋਕਾਂ ਦਾ ਸਰੀ ਪਿਆ, ਕਾਨੂੰਨ ਨਾ ਸੋਚਣ ਵੀ ਗਰੀਬ ਬੰਦੇ। ਹਾਂ ਮੈਂ ਤੁਹਾਨੂੰ ਐਂ ਪੁੱਛਣ ਆਈ ਸੀ, ਗੱਲ ਕਰਿਆ ਤੁਸੀਂ? ਹਾਂ ਮੈਂ ਉਹ ਹੀ ਦੱਸਣ ਆਇਆ ਤੈਨੂੰ, ਸਰਪੰਚ ਨਾਲ ਮੈਂ ਗੱਲ ਕਰਿਆ ਆ। ਹਾਂ ਕੀ ਕਹਿੰਦਾ? ਉਹ ਸਰਪੰਚ ਕਹਿੰਦਾ ਵੀ ਕੋਈ ਨਾ ਆ ਜਾ ਕਰੂਗੀ, ਲਾ ਜਾ ਕਰੂ ਪੁੱਛੇ। ਹਾਏ ਹਾਏ, ਰੱਬ ਦਾ ਸ਼ੁਕਰ ਹੈ, ਚੱਲ ਵਧੀਆ ਆਪਣੇ ਘਰ ਦਾ ਗੁਜ਼ਾਰਾ ਵਧੀਆ ਚੱਲ ਜੂ ਕਰੂ ਜੀ। ਮੈਂ ਤਾਂ ਇਸੇ ਸੋਚ 'ਚ ਬੈਠੀ ਸੀਗੀ, ਮੈਂ ਪਤਾ ਨਹੀਂ ਕੀ ਬਣੂੰਗਾ, ਜੇ ਉਹਨੇ ਨਾ ਕਰਤੀ ਫਿਰ ਕਿੰਨਾ ਔਖਾ ਹੋ ਜੂਗਾ। ਨਾ ਨਾ, ਉਹ ਕਹਿੰਦਾ ਆ ਜਾ ਕਰੂ ਕੋਈ ਨਾ, 3,000 ਰੁਪਇਆ ਕਹਿੰਦਾ। 3,000 ਕਹਿੰਦਾ? ਚੱਲ ਕੋਈ ਨਾ, ਜਿੰਨਾ ਕਹਿੰਦਾ ਉਨਾ ਸਹੀ ਹਨਾ। ਬਾਕੀ ਇੱਕ ਦੁੱਧ ਦਾ ਗਲਾਸ ਕਹਿੰਦਾ ਲੈ ਜਾ ਕਰੂ, ਮੈਂ ਚੱਲ ਵਧੀਆ ਉਹੀ, ਚੱਲ ਆਪਾਂ ਦੁੱਧ ਘੱਟ ਲੈ ਲਿਆ ਕਰਾਂਗੇ ਮੁੱਲ। ਚਲੋ ਇੱਕ ਗਲਾਸ ਦੁੱਧ ਨਾਲ ਸਾਰ ਲਿਆ ਕਰਾਂਗੇ, ਕਿੱਡੀ ਗੱਲ ਹੈ। ਜਿੱਥੇ ਕਿਲੋ ਲੈਣੇ ਅੱਧਾ ਕਿਲੋ ਲੈ ਲਿਆ ਕਰਾਂਗੇ, ਅੱਧਾ ਕਿਲੋ ਦੇ ਦਿਆ ਕਰਾਂਗੇ, ਆਪਣਾ ਵਧੀਆ ਸਰ ਜਾ ਕਰੂਗਾ। ਚਲੋ ਜੀ, ਜਿੰਨੇ 'ਚ ਕਹਿੰਦਾ ਉਨੇ 'ਚ ਕੰਮ ਕਰ ਲਿਆ ਕਰੂੰਗੀ ਮੈਂ ਤਾਂ। ਆਹ ਦੇਖ ਲਾ ਉਹਨਾਂ ਦੀ ਮਿੰਦੋ, ਸਾਰਾ ਤਾਂ ਪੋਚਾ ਕਰਦੀ ਹੈਗੀ ਉਹ ਵੱਡੇ ਜਗੀਰਦਾਰਾਂ ਦੇ, ਹੈਂ ਤਾਂ ਵੀ 2,000 ਰੁਪਇਆ ਮਸਾਂ ਰੋਕ ਕੇ ਦਿੰਦੇ ਨੇ, ਕੁਛ ਨਹੀਂ ਦਿੰਦੇ ਹੈਗੇ। ਚਲੋ ਇਹ ਤਾਂ ਵਧੀਆ, ਸਰਪੰਚ ਕਹਿੰਦਾ 3,000 ਦੇ ਦਿਆ ਕਰੀ, ਇਹ ਤਾਂ ਬੰਦੇ ਵਾਲਾ ਵਧੀਆ ਹੈਗਾ ਹਨਾ। ਹਾਂ ਫਿਰ ਕਦੋਂ ਤੋਂ ਕਹਿੰਦਾ? ਕਦੋਂ ਤੋਂ? ਕੱਲ੍ਹ ਤੋਂ ਆ ਜਾ ਕਰੀ ਬਸ। ਕੱਲ ਤੋਂ ਬਗ ਜਾ ਕਰ, ਸਵੇਰੇ ਜਾ ਕੇ ਮੈਨੂੰ ਰੋਟੀ ਤਿਆਰ ਕਰਕੇ ਜਦੋਂ ਮੈਂ ਦਿਹਾੜੀ ਤੇ ਬਗ ਜਾ ਕਰੂੰ, ਉਸ ਤੋਂ ਬਾਅਦ ਬਗ ਜਾ ਕਰੀ। 2 ਘੰਟਿਆਂ ਦਾ ਕੰਮ ਇਹਨਾਂ ਦੇ,
ਕੋਠੀ ਕੋਠੀ ਚ ਪੋਚਾ ਲਾਉਣਾ ਮਾੜਾ ਮੋਟਾ ਸੁੰਬਰ ਸਮਰਾਈ ਦਾ ਕੰਮ ਹੈ। ਕੋਈ ਨਾ ਜੀ ਜਮੀ ਫਿਕਰ ਨਾ ਕਰੋ, ਮੈਂ ਆਪਦੇ ਘਰ ਦਾ ਕੰਮ ਨਿਬੇੜ ਕੇ ਛੇਤੀ ਛੇਤੀ ਨਿਬੇੜ ਦਿਆ ਕਰੂੰਗੀ, ਜਾ ਕੇ ਉਹਨਾਂ ਦਾ ਘਰ ਦਾ ਕੰਮ ਕਰ ਦਿਆ ਕਰੂ। ਜਮੀ ਨਹੀਂ ਲਾਂਬਾ ਆਉਣ ਦਿੰਦੀ, ਤੁਸੀਂ ਕਹਿ ਤਾ ਜੀ ਉਹਨਾਂ ਨੂੰ। ਹਾਂ ਹਾਂ ਮੈਂ ਕਹਿ ਤਾ। ਹਾਂ ਕਹਿ ਬਹੁਤ ਸੋਹਣਾ ਝਾੜੂ ਪੋਚਾ ਕਰ ਦਿਆ, ਕਿ ਸਾਡੇ ਘਰੇ ਜਾ ਕੇ ਦੇਖ ਲਈ ਐਨ ਸਫਾਈ ਕਰ ਦਿਆ ਪੂਰੀ। ਨਾ ਨਾ ਮੈਂ ਉਹ ਕਹਿ ਤਾ ਜੀ ਸਾਰਾ ਗੁੱਸਾ। ਹਾਂ ਹਾਂ ਉਹ ਕਹਿੰਦਾ ਕੋਈ ਦਿੱਕਤ ਨਹੀਂ ਹੈਗੀ। ਚੱਲ ਕੋਈ ਨਾ, ਮੈਂ ਹੌਲੀ ਹੌਲੀ ਨਾ, ਜਦੋਂ ਵਿਸ਼ਵਾਸ ਬਣ ਜਾਂਦਾ ਬੰਦੇ ਤੇ ਆਪੇ ਹੌਲੀ ਹੌਲੀ ਤਾਂ ਪੈਸਾ ਹੋਰ ਵਧਾ ਦਿੰਦਾ ਹੁੰਦਾ ਬੰਦਾ। ਹਾਂ ਉਹ ਤਾਂ ਹੈ ਫਿਰ। ਹਾਂ ਨਾਲੇ ਜਦੋਂ ਅਗਲੇ ਦਿਨ ਤੇ ਹਲਾ ਪਹਿਲੀ ਵਾਰੀ ਨਾ ਨਹੀਂ ਕੀਤੀ ਹੈਗੀ ਇਹ, ਮੈਂ ਤਾਂ ਕਹਿੰਦੇ ਜੁਗ ਜੁਗ ਜੀਵੇ ਇਹੋ ਜਿਹਾ ਸਰਪੰਚ ਹੈ ਆਪਣੇ ਪਿੰਡ ਦਾ। ਚੱਲ ਕੋਈ ਨਾ, ਬਾਕੀ ਊ ਐ ਵੀ ਚੱਲ ਮਾੜਾ ਜਿਹਾ ਬਸ ਨਿਬੇੜ ਕੇ ਗਦਾ ਗਦਾ ਘਰੇ ਆ ਜਾ ਕਰੀ ਸੰਗਾ। ਬਾਹਰ ਖੜਨ ਬੈਠਣ ਦੀ ਲੋੜ ਨਹੀਂ ਆ। ਮੈਂ ਦੱਸ ਉੱਥੇ ਕੀ ਕਰਨਾ ਹੈਗਾ ਹੁਣ, ਤੂੰ ਤਾਂ ਇਹ ਕਹਿਣਾ ਹੈਗਾ ਖੜਨ ਬੈਠਣ ਦੀ ਲੋੜ ਨਹੀਂ ਹੈਗੀ ਕਿਤੇ। ਮੈਂ ਕਿਉਂ ਖੜੂ ਬੈਠੂੰਗੀ, ਮੈਨੂੰ ਕਿਉਂ ਤਾਂ ਘਰ ਦਾ ਪਤਾ ਨਹੀਂ। ਹਰਮਨ ਇੱਕ ਮਜਬੂਰੀ ਚ ਕਰਨਾ ਪੈ ਰਿਹਾ, ਪਰ ਇਹ ਵਧੀਆ ਗੱਲਾਂ ਨਹੀਂ ਲੱਗਦੀਆਂ ਹੈਗੀਆਂ ਵੀ ਜੀ। ਵਧੀਆ ਕਿਹਨੂੰ ਲੱਗਦਾ ਮੈਨੂੰ, ਐ ਦੱਸੋ। ਮੈਨੂੰ ਵਧੀਆ ਲੱਗਦਾ ਹੈਗਾ ਲੋਕਾਂ ਦੇ ਘਰੇ ਝਾੜੂ ਪੋਚਾ ਲਾਉਣਾ। ਉਹ ਤਾਂ ਠੀਕ ਹੈ, ਮਜਬੂਰੀ ਹੈਗੀ ਆਪਣੇ ਵਰਗੇ ਮਜਬੂਰ ਬੰਦੇ, ਹੋਰ ਕਰਨ ਵੀ ਕੀ ਦੱਸ ਮੈਨੂੰ। ਉਹੀ ਕਹਿ ਰਿਹਾ ਨਾ, ਹੁਣ ਤੇਰੇ ਨਾਲ ਤਾਂ ਮੈਂ ਇੱਟਾਂ ਬੱਟੇ ਚੁਕਾਉਣ ਜੋਗੀ ਰਹਿ ਨਹੀਂ ਗਈ ਵੀ ਮੈਂ ਜਾ ਕੇ ਤੇਰੇ ਨਾਲ ਦਿਹਾੜੀ ਲਾਇਆ ਕਰਾਂ। ਮੈਂ ਤਾਂ ਆਹੀ ਕੁਛ ਕਰ ਸਕਦੀ ਹਾਂ ਜੀ, ਘਰ ਦੇ ਕੰਮ ਕਰਾ ਲਓ ਜਾਂ ਉਧਰਲੇ ਕੰਮ ਕਰਾ ਲਓ। ਚੱਲ ਕੋਈ ਨਾ, ਤੁਹਾਨੂੰ ਚਾਹ ਜੀ ਬਣਾ ਕੇ ਦੇ, ਘੁੱਟ ਚਾਹ ਦੀ ਪੀ ਲਈਏ। ਚੱਲ ਕੋਈ ਨਾ, ਮੈਂ ਤੁਹਾਨੂੰ ਲਾਂਬਾ ਨਹੀਂ ਆਉਣ ਦਿੰਦੀ ਕਿਸੇ ਗੱਲ ਦਾ। ਚੱਲ ਕੋਈ ਨਾ, ਚਲੋ ਆ ਗਈ ਮੈਂ ਮਾੜਾ ਕਰੇ ਆਵਾਂ ਕੰਮ ਜਾ। ਹੈ ਚੰਗਾ। ਸਰਪੰਚ ਅੱਜ ਨੰਬਰਦਾਰਾਂ ਨਾਲ ਵੀ ਜਾ ਕੇ ਜੀ ਥਾਣੇ ਵਾਲਾ ਕੰਮ ਉਹਨਾਂ ਨੂੰ ਮਿਲ ਕੇ ਜੀ। ਅੱਗੇ ਵੋਟਾਂ ਵੀ ਆ ਗਈਆਂ ਦਸੰਬਰ 'ਚ, ਫਿਰ ਅਗਲਾ ਲਿਚ ਗੜਿੱਚੀ ਕਰੂ ਵੋਟਾਂ ਪਿੱਛੇ ਵੀ ਸਾਡਾ ਤੂੰ ਕੰਮ ਨਹੀਂ ਕਰਾਇਆ। ਉਹਨਾਂ ਦਾ ਕੰਮ ਆ ਵੀ ਅੱਜ ਕਢਾ ਆਈਏ। ਆਹ ਕਿਹੜੀ ਆਉਂਦੀ ਹੈ ਤੁਰੀ ਫੁੱਲਾਂ ਵਾਲੇ ਸੂਟ ਵਾਲੀ? ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਕ ਦੇ ਘਰ ਵਾਲੀ ਹਾਂ ਜੀ। ਅੱਛਾ ਅੱਛਾ, ਹਾਂਜੀ ਹਾਂਜੀ ਹਾਂਜੀ। ਫਿਰ ਥੱਲੇ ਕਾਹਨੂੰ ਬਹਿ ਗਏ, ਉੱਪਰ ਬਹਿ ਜਾਓ। ਨਾ ਕੋਈ ਗੱਲ ਨਹੀਂ ਸਰਪੰਚ ਸਾਹਿਬ। ਨਾ ਨਾ ਬਹਿ ਜਾਓ, ਕੋਈ ਗੱਲ ਨਹੀਂ। ਤਾਂ ਕੀ ਆ, ਅਮਰੀਕ ਨੇ ਮੈਨੂੰ ਦੱਸਿਆ ਸੀ ਕੱਲ ਆਇਆ ਸੀ ਮੇਰੇ ਕੋਲੇ। ਅੱਛਾ ਜੀ। ਕਹਿੰਦੇ ਮੇਰੇ ਘਰ ਆ ਜਿਹਨੂੰ ਵੀ ਕੰਮ ਕੁੰਮ ਦੇ ਦਿਓ ਕੋਈ। ਹਾਂਜੀ ਸਰਪੰਚ ਸਾਹਿਬ, ਮੈਂ ਤੁਹਾਡੇ ਘਰ ਦਾ ਸਾਰਾ ਕੰਮ ਕਰ ਦਿਆ ਕਰੂੰਗੀ ਵੀ, ਝਾੜੂ ਪੋਚਾ ਐਨ ਵਧੀਆ ਐਨ ਬਹੁਤ ਸਾਫ ਸਫਾਈ ਨਾਲ ਕਰਦੀ ਜੀ ਮੈਂ ਕੰਮ। ਪਹਿਲਾਂ ਭੋਲੇ ਦੀ ਬਹੂ ਲਾ ਕੇ ਜਾਂਦੀ ਹੁੰਦੀ ਪੋਚਾ। ਅੱਛਾ ਜੀ। ਉਹ ਮਾੜੀ ਮੋਟੀ ਬਿਮਾਰ ਠਮਾਰ ਰਹਿਣ ਲੱਗੀ ਤਾਂ ਕਰਕੇ ਹਟ ਗਈ। ਹਾਂ ਮੈਂ ਸੁਣਿਆ ਬਿਮਾਰ ਰਹਿੰਦੀ ਆ ਉਹ ਤਾਂ। ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਆਪਣੇ ਅਮਰੀਕ ਨੂੰ, ਹਾਂਜੀ, ਮੈਂ ਵੀ ਤੇਰੀ ਘਰ ਆਈ ਨੂੰ ਕਹਦੇ। ਉਹ ਕਹਿੰਦਾ ਉਹ ਹਜੇ ਕਿਸੇ ਦੇ ਹੋਰ ਲੱਗੀ ਹੋਈ ਆ, ਪਤਾ ਨਹੀਂ ਕਹਿੰਦਾ ਅਸੀਂ ਬਿਮਾਰ ਆ। ਮੈਨੂੰ ਨਾ ਕਾਹਨੂੰ ਲੱਗੀ ਹੋਈ ਜੀ, ਮੈਂ ਤਾਂ ਘਰੇ ਬੇਲੀ ਹੀ ਦਿੱਗੀ। ਮੈਂ ਚੱਲ ਮੈਂ ਚੱਲ ਕੰਮ ਹੀ ਕਰਨ ਲੱਗ ਜਾਂਦੇ ਆਂਗੇ, ਚੱਲ ਕੰਮ ਤਾਂ ਆ ਗਈ ਆ ਬੰਦੇ ਦਾ। ਉਦੋਂ ਮੈਂ ਕਿਹਾ ਉਹਨੇ ਜਵਾਬ ਦੇਤਾ, ਚੱਲ ਮੈਨੂੰ ਕੱਲ ਪੁੱਛਿਆ ਕਹਿੰਦਾ ਮੇਰੀ ਘਰ ਆਈ ਨੂੰ ਲਾ ਲਓ ਵੀ ਕੰਮ ਦੀ ਲੋੜ ਆ। ਮੈਂ ਕਿਹਾ ਚੱਲ ਭੇਜ ਦਿਆ ਕਰ। ਸਰਪੰਚ ਸਾਹਿਬ ਤੁਹਾਨੂੰ ਪਤਾ ਤਾਂ ਹੈਗਾ ਇੰਨੀ ਮਹਿੰਗਾਈ 'ਚ ਇੱਕ ਜਾਣੇ ਦੀ ਕਮਾਈ ਨਾਲ ਕੀ ਹੁੰਦਾ, ਜੇ ਸਾਰਾ ਟੱਬਰ ਰਲ ਕੇ ਕਮਾਵੇ ਤਾਂ ਕੁਛ ਜਾ ਕੇ ਕਿਤੇ ਬਣਦਾ। ਨਹੀਂ ਤਾਂ ਜੀ ਤੁਹਾਡੀ ਗੱਲ ਆ ਲੱਖ ਰੁਪਈਏ ਦੀ ਹੈਗੀ। ਬਾਕੀ ਕੋਈ ਗੱਲ ਨਹੀਂ, ਆਪਣੇ ਇੰਨਾ ਕੰਮ ਵੀ ਹੈ ਨਹੀਂ, ਕੋਈ 5-6 ਕਮਰਿਆਂ ਝਾੜੂ ਪੋਚਾ ਗਾ। ਅੱਛਾ ਜੀ। ਬਾਕੀ ਜਵਾਕ ਗਏ ਹੋਏ ਨੇ ਆਪਦੇ ਨਾਨਕੇ 10-15 ਦਿਨ ਲਾਉਣ, ਉਨੇ ਦਿਨ ਆਇਆ ਮਾੜੇ ਮੋਟੇ ਭਾਂਡੇ ਵੀ ਤੈਨੂੰ ਮਾਂਜਣੇ ਪੈਣਗੇ। ਹੁਣ ਆਇਆ ਰਾਤ ਨੂੰ ਖਾਣ ਪੀਣ ਵਾਲੇ ਆ ਜਾਂਦੇ ਨੇ ਕੋਈ ਨਾ ਕੋਈ ਦਾਰੂ ਪਿਆਲੇ ਵਾਲਾ ਮਾੜਾ ਮੋਟਾ, ਕਈ ਵਾਰੀ ਮੀਟ ਮੂਟ ਵਾਲੇ ਪਲੇਟਾਂ ਪਲੂਟਾਂ ਹੁੰਦੀਆਂ, ਬਸ ਉਹ ਸਾਫ਼ ਕਰ ਲਿਆ ਕਰੀ। ਜਦੋਂ ਆ ਗਏ ਫਿਰ ਤਾਂ ਆਪ ਕਰ ਹੀ ਦਿੰਦੇ, ਫਿਰ ਤਾਂ ਤੇਰੇ ਕੋਲ ਝਾੜੂ ਪੋਚੇ ਦੀ ਕੰਮ ਰਹਿ ਜੂਗਾ, ਗੋਹੇ ਵਾਲੀ ਆਪਣੇ ਲਾਈ ਹੋਈ ਹੈਗੀ। ਕੋਈ ਗੱਲ ਨਹੀਂ ਸਰਪੰਚ ਸਾਹਿਬ, ਤੁਸੀਂ ਮੈਨੂੰ ਆਹ ਕੰਮ ਦੇਤਾ, ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਖੁਸ਼ੀ ਨਾਲ ਕਰੂੰਗੀ ਕੰਮ। ਮੈਂ ਕੰਮ ਤਾਂ ਤੈਨੂੰ ਹੋਰ ਵੀ ਦੇਦਾ, ਆਪਣੀ ਗੋਹੇ ਵਾਲੀ ਵੀ ਕਹਿੰਦੀ ਆ ਹਟਣ ਨੂੰ। ਅੱਛਾ ਅੱਛਾ ਅੱਛਾ, ਤੇ ਗੋਹੇ ਗਾਹੇ ਦਾ ਕਰ ਲਿਆ ਕਰੇਂਗੇ, ਉਹ ਵੀ ਸਾਂਭਣੀ, 4 ਡੰਗਰਾਂ ਦਾ ਗੋਹਾ ਸੱਟਣਾ ਹੋਇਆ ਕਰੂਗਾ। ਕੋਈ ਗੱਲ ਨਹੀਂ ਸਰਪੰਚ ਸਾਹਿਬ, ਜਦੋਂ ਹਟੂਗੀ ਮੈਨੂੰ ਦੱਸ ਦਿਓ, ਮੈਂ ਸਾਂਭ ਲੂੰਗੀ ਕੰਮ। ਹਾਂ ਉਹ ਮੇਰੇ ਹਿਸਾਬ ਨਾਲ ਡੰਗਰਾਂ ਦੇ ਹਿਸਾਬ ਨਾਲ ਪੈਸੇ ਲੈਂਦੀ ਸੀ। ਕਿੰਨਾ ਦੀ ਬਹੂ ਲੱਗੀ ਹੈ ਗੋਹਾ ਸੱਟਣ? ਉਹ ਆਉਂਦੀ ਸੀ ਆਪਣੇ ਪਰਲੇ ਵਿੜੇ ਚ, ਉਹਦੀ ਜਾਗਰ ਦਾ ਨਹੀਂ, ਜਾਗਰ ਦੀ ਬੋਟੀ। ਉਹ ਜਾਗਰ ਦਾ ਭਾਈ ਨਹੀਂ ਹੈਗਾ, ਉਹ ਆਪਣਾ ਦੂਜਾ ਭੋਲੇ ਤੋਂ ਛੋਟਾ ਜੱਸਾ। ਅੱਛਾ, ਜੱਸੇ ਦੀ ਘਰ ਵਾਲੀ ਹੈ। ਹਾਂ ਜੱਸੇ ਦੀ ਘਰ ਵਾਲੀ ਸੀ, ਉਹ ਲੈਂਦੀ 300 ਰੁਪਏ ਡੰਗਰ ਦਾ, 4 ਡੰਗਰਾਂ ਦਾ ਆਪਣਾ 1200 ਰੁਪਏ ਲੈਂਦੀ ਸੀ। ਅੱਛਾ ਜੀ, ਠੀਕ ਆ, 1200 ਚੱਲ ਤੈਨੂੰ ਦੇ ਦਿਆ ਕਰਾਂਗੇ, ਬਾਕੀ ਦੁੱਧ ਦਾ ਗਲਾਸ ਲੈ ਜਾ ਕਰ, ਜੇ ਕਿਸੇ ਦੀ ਹੋਰ ਚੀਜ਼ ਦੀ ਲੋੜ ਆ ਸਬਜ਼ੀ ਸੁਬਜ਼ੀ ਆਪਣੇ ਵਾਧੂ ਉਹ ਵੀ ਲੈ ਜਾ ਕਰ, ਠੀਕ ਆ। ਧੰਨਵਾਦ ਸਰਪੰਚ ਸਾਹਿਬ, ਤੁਸੀਂ ਸਾਡੇ ਗਰੀਬਾਂ ਦੇ ਸਿਰ ਤੇ ਹੱਥ ਰੱਖਿਆ, ਉਹੀ ਬਹੁਤ ਹੈ ਜੀ। ਨਾ ਨਾ ਇਹ ਤਾਂ ਕੋਈ ਗੱਲ ਨਹੀਂ, ਚਲੋ ਹੋਰ ਕਾਹੇ ਦੀ ਲੋੜ ਹੋਈ ਉਹ ਵੀ ਦੱਸ ਦਿਓ। ਕੋਈ ਗੱਲ ਨਹੀਂ, ਪੰਚ ਦਾ ਹੋਰ ਕੰਮ ਕੀ ਆ, ਬਾਕੀ ਆ ਗਈਆਂ ਅੱਗੇ ਵੋਟਾਂ, ਮਾ ਵੋਟਾਂ ਨੂੰ ਕਿਰਪਾ ਕਰੋ, ਠੀਕ ਆ। ਦੇਖਿਓ ਸਰਪੰਚ ਸਾਹਿਬ, ਮੈਂ ਤਾਂ ਸਾਰੇ ਪਿੰਡ 'ਚ ਮੂਹਰੇ ਹੋ ਕੇ ਸਾਰੇ ਘਰੋਂ ਘਰੀ ਕਹਿ ਕੇ ਆਉਂਗੀ ਵੀ ਆਪਣੇ ਸਰਪੰਚ ਸਾਹਿਬ ਨੂੰ ਵੋਟ ਪਾਉਣੀ ਹੈਗੀ, ਇਸ ਵਾਰੀ ਫਿਰ ਜਿਤਾਉਣਾ ਹੈਗਾ ਆਪਾਂ ਨੇ। ਹਾਂ ਹਾਂ ਹਾਂ, ਐਂ ਕੰਮ ਤੁਹਾਨੂੰ ਪਤਾ ਵਧੀਆ ਕੀਤੇ ਨੇ, ਹੁਣ ਸੋਡੇ ਵਾਲੀ ਵੀ ਇਹੀ ਸੀ, ਪਹਿਲਾਂ ਕਿੰਨਾ ਮੰਦਾ ਹਾਲ ਸੀ ਉਹਦਾ। ਹਾਂਜੀ ਹਾਂਜੀ ਹਾਂਜੀ, ਮੁਸ਼ਕ ਮਾਰਦਾ ਸੀ ਉੱਥੇ, ਤਾਂ ਐਨ ਦੇਖ ਲਓ ਹੁਣ ਉੱਚੀ ਚਕਾਤੀ, ਨਾਲੀਆਂ ਪੱਕੀਆਂ ਕਰਵਾਤੀਆਂ, ਲੋਕ ਟਾਇਲ ਵਿੱਚ ਪਵਾਤੀ, ਹੈ ਉਹ ਪਰਲਾ ਟੋਬ
ਵਧੀਆ ਕੀਤਾ ਗਾ ਸਰਪੰਚ ਸਾਹਿਬ ਜਿੰਨੇ ਮੂੰਹ ਉਨੀਆਂ ਗੱਲਾਂ ਲੋਕਾਂ ਦੇ ਕੀ ਮੂੰਹ ਫੜ ਲੈਣੇ ਨੇ ਦੱਸੋ ਹੈ ਕੋਈ ਕਿਸੇ ਦੇ ਜਿਹੜਾ ਲੱਗਦਾ ਹੁੰਦਾ ਨਾ ਉਹੀ ਗੱਲਾਂ ਬਣਾਉਂਦਾ ਹੁੰਦਾ ਹੈਗਾ ਸਰਪੰਚ ਸਾਹਿਬ ਹੁਣ ਆਪਣਾ ਉਹ ਜਿਹੜਾ ਪਿਛਲਾ ਤੁਹਾਡੇ ਤੁਹਾਡੇ ਵਿਰੁੱਧ ਉੱਠਿਆ ਸੀਗਾ ਉਹ ਹਾਰ ਗਿਆ ਸੀ ਉਹੀ ਸਾਰੇ ਪਾਸੇ ਗੱਲਾਂ ਡਾਈ ਜਾਂਦਾ ਤੁਹਾਡਾ ਤੁਹਾਡੀਆਂ ਚਲੋ ਕੋਈ ਗੱਲ ਨਹੀਂ ਜਾ ਕੇ ਕਰ ਲਓ ਕੰਮ ਕਾਰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਦੱਸ ਦਿਓ ਠੀਕ ਹੈ ਪੈਸੇ ਧੇਲੇ ਦੀ ਲੋੜ ਹੋਵੇ ਕੁਛ ਲਿਆਉਣਾ ਹੋਵੇ ਕੋਈ ਚੱਕਰ ਨਹੀਂ ਠੀਕ ਹੈ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਰਪੰਚ ਘਰ ਆਈ ਤਾਂ ਮਰੀਕ ਤੇ ਯਾਰ ਬਹੁਤ ਸੋਹਣੀ ਮੈਂ ਤਾਂ ਕਦੇ ਦੇਖੀ ਨਹੀਂ ਇਹ ਕਿਤੇ ਲੁਕੀ ਛੁਪੀ ਰਹਿ ਗਈ ਸੋਹਣੀ ਬਹੁਤ ਆ ਯਾਰ ਇਹ ਤਾਂ ਉਹੀ ਗੱਲ ਆ ਬਈ ਲੰਗੂਰ ਨੂੰ ਅੰਗੂਰ ਹੀ ਮਿਲ ਗਿਆ ਹੈ ਚੱਲ ਕੋਈ ਨਾ ਦੇਖਦੇ ਹਾਂ ਚੱਕ ਲੈ ਸਰਪੰਚ ਅੱਜ ਮੌਕਾ ਵਧੀਆ ਗੱਲ ਕਰ ਹੀ ਲੈਂਦੇ ਹਾਂ ਨਹੀਂ ਰੋਜ਼ ਰੋਜ਼ ਦੀ ਘੋਲ ਹੋਈ ਜਾਂਦੀ ਆ ਸੋਹਣੀ ਬੜੀ ਆ ਯਾਰ ਦਿਲ ਹੀ ਚੀਰਦੀ ਜਾਂਦੀ ਆ ਚੱਲ ਕਿਸੇ ਨਾ ਕਿਸੇ ਬਹਾਨੇ ਗੱਲ ਤਾਂ ਤੋਰੀਏ ਪਹਿਲੀ ਗਾਣੂ ਹਾਂ ਨਾ ਮੈਂ ਗੱਲ ਚਲਾਈਏ ਸੂਟ ਜਾਂ ਪੱਟ ਹੈ ਇੱਥੋਂ ਗੱਲ ਚਲਾਉਣਾ ਹਰਮਨ ਤੁਹਾਡੇ ਸਾਹਮਣੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੁੰਦਾ ਗਾ ਹਨਾ ਸੌਦਾ ਪੱਤਾ ਆ ਜਾਵੇ ਉਹੀ ਬਹੁਤ ਹੈਗਾ ਸੂਟ ਲੈਣ ਜੋਗੇ ਮੇਰੇ ਕੋਲ ਪੈਸੇ ਕਿੱਥੇ ਨੇ ਗਰੀਬਣੀ ਕੋਲ ਅਸ ਤਾਂ ਗਰੀਬ ਬਸ ਮਾੜਾ ਮੋਟਾ ਖਾਣ ਪੀਣ ਦਾ ਤੁਰੀ ਜਾਵੇ ਇੰਨੇ 'ਚ ਖੁਸ਼ ਰਹਿੰਦੇ ਹਾਂ ਜੀ ਉਹ ਸੂਟ ਦੀ ਕਿੱਡੀ ਗੱਲ ਹੁੰਦੀ ਆ ਮੈਂ ਤੈਨੂੰ ਕਿਹਾ ਸੀ ਨਾ ਵੀ ਕਿਸੇ ਵੀ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੀ ਮੈਂ ਪਹਿਲੇ ਬੋਲ ਹਾਇਰ ਕਿੰਨੇ ਵਾਲਾ ਸੂਟ ਲੈਣਾ ਦੱਸ ਨਹੀਂ ਨਹੀਂ ਸਰਪੰਚ ਸਾਹਿਬ ਉਹ ਗੱਲ ਨਹੀਂ ਹੈਗੀ ਮੈਂ ਲੈ ਲੂੰਗੀ ਕੋਈ ਨਹੀਂ ਸੂਟ ਕੋਈ ਗੱਲ ਨਹੀਂ ਉਹ ਕੋਈ ਨਾ ਤੂੰ ਸੰਗਿਆ ਨਾ ਕਰ ਲਿਆ ਫੜ ਆ ਚੱਕ 1000 ਰੁਪਈਆ ਸੂਟ ਲੈ ਲੈ ਉਹ ਕੋਈ ਨਾ ਰੱਖ ਲਾ ਮੇਰੇ ਕੋਲ ਕਿਹੜਾ ਘਾਟ ਨਹੀਂ ਸੀ ਤੂੰ ਕੋਈ ਨਾ ਉਹਦਾ ਸ਼ੌਂਕ ਪੂਰਾ ਕਰ ਧੰਨਵਾਦ ਸਰਪੰਚ ਸਾਹਿਬ ਤੁਸੀਂ ਮੇਰੇ ਬਾਰੇ ਇੰਨਾ ਸੋਚਿਆ ਮੈਂ ਆਪਣੇ ਘਰ ਵਾਲੇ ਨੂੰ ਦੱਸੂੰਗੀ ਜਾ ਕੇ ਕਿੰਨਾ ਖੁਸ਼ ਹੋਣਗੇ ਤੁਸੀਂ ਬਹੁਤ ਚੰਗੇ ਬੰਦੇ ਹੋ ਸਰਪੰਚ ਸਾਹਿਬ ਕੋਈ ਨਾ ਚੰਗੇ ਚੁੰਗੇ ਵਾਲੇ ਕੀ ਲੋਕੀ ਤਾਂ ਐਵੇਂ ਨਿੰਦੇ ਰਹਿੰਦੇ ਨੇ ਤੁਹਾਨੂੰ ਐਵੇਂ ਲੋਕੀ ਭਕਾਈ ਮਾਰਦੇ ਨੇ ਜਿਹੜਾ ਬੰਦਾ ਵਰਤਦਾ ਉਹਨੂੰ ਪਤਾ ਹੁੰਦਾ ਹੈਗਾ ਤੁਹਾਨੂੰ ਨਹੀਂ ਪਤਾ ਤੂੰ ਐਂ ਕਰੀ ਹੁਣ ਇਹ ਪੈਸਿਆਂ ਨੂੰ ਕਿਤੇ ਊਈ ਨਾ ਹੋਰ ਖਰਚੇ ਤੂੰ ਆਪਦੇ ਸ਼ੌਂਕ ਆਪਣੇ ਸੂਟ ਦਾ ਸ਼ੌਂਕ ਪੂਰਾ ਕਰ ਲੈ ਠੀਕ ਆ ਠੀਕ ਹੈ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਉਹ ਵੀ ਮੈਨੂੰ ਦੱਸ ਦੀ ਪੈਸੇ ਧੇਲੇ ਦੀ ਪਰਵਾਹ ਨਾ ਮਨ ਨਹੀਂ ਨਹੀਂ ਸਰਪੰਚ ਕੋਈ ਨਾ ਹੱਥ ਜੋੜਨ ਵਾਲੀ ਕੋਈ ਗੱਲ ਨਹੀਂ ਮੈਂ ਹੱਥ ਨਹੀਂ ਜੋੜੀ ਤੇ ਸਰਪੰਚਾਂ ਮੂਹਰੇ ਸਰਪੰਚ ਹੁੰਦੀ ਸਭ ਤੇ ਕੰਮ ਕੱਢਣ ਵਾਸਤੇ ਨੇ ਬਾਕੀ ਕੋਈ ਨਾ ਸਰਪੰਚ ਦਾ ਖਿਆਲ ਰੱਖੀ ਪੈਸੇ ਪੂਰੇ ਦੀ ਮੈਂ ਤੈਨੂੰ ਕਮੀ ਨਹੀਂ ਆਉਣ ਦਿੰਦਾ ਠੀਕ ਆ ਕਿਵੇਂ ਜੀ ਕੋਈ ਨਾ ਕੁਛ ਨਹੀਂ ਕੁਛ ਨਹੀਂ ਜਾ ਕਰ ਲਾ ਪੋਚਾ ਲਾ ਲਾ ਹਾਂਜੀ ਹਾਂ ਕੋਈ ਨਾ ਪਰਵਾਹ ਨਾ ਮੰਨੀ ਠੀਕ ਆ ਧੰਨਵਾਦ ਜੀ ਪੈਸੇ ਹੋਰ ਲੈ ਜਾਈਏ ਹੋਰ ਲੋੜ ਆ ਨਹੀਂ ਜੀ ਮੈਂ ਹੁਣ ਜਾਣੀ ਆ ਜੀ ਮੇਰਾ ਕੰਮ ਖਤਮ ਹੋ ਗਿਆ ਬਾੜੀ ਅੱਤਾ ਯਾਰ ਅੱਜ ਸਰਪੰਚਾ ਗੱਲ ਕਹਿੰਦਾ ਕਹਿੰਦਾ ਰਹਿ ਗਿਆ ਚੱਲ ਮੈਂ ਕਿਹਾ ਕਾਲੀ ਵੀ ਕਿਉਂ ਕਰਨੀ ਆ ਹਜੇ ਥੋੜ੍ਹਾ ਜਿਹਾ ਚੋਗਾ ਪਾ ਕੇ ਦੇਖਦੇ ਹਾਂ ਵੀ ਇਹਦਾ ਕੀ ਰਿਜ਼ਲਟ ਮਿਲਦਾ ਜੇ ਰਿਜ਼ਲਟ ਪੋਜੀਟਿਵ ਆਇਆ ਫਿਰ ਵਧੀਆ ਗੱਲ ਆ ਚੱਲ ਜੇ ਨੈਗੇਟਿਵ ਆਇਆ ਕੋਈ ਨਾ ਹੌਲੀ ਹੌਲੀ ਆ ਜੂ ਹੱਥ 'ਚ ਚੱਲ ਕਿਰਨ ਚੋਗਾ ਤਾਂ ਪਾਇਆ ਕਬੂਤਰੀ ਨੂੰ ਫਸ ਜੂ ਜਾਲ ਚੱਪੇ ਮਨ ਅੱਜ ਥੱਬਾ ਹਾਰੇ ਦਾ ਆ ਗਿਆ ਚੱਲ ਉਹੀ ਜੀ ਜਿਹੋ ਜਿਹੇ ਪਹਿਲਾਂ ਕੰਮ ਤੋਂ ਹਟ ਗਏ ਅਤੇ ਕੁੱਟ ਕੇ ਪਾ ਦਾਂਗੇ ਇੱਕ ਤਾਂ ਝੋਟੜੀ ਆਪਣੇ ਲਵੇ ਓਏ ਹਰਮਨ ਦੀਦੀ ਨਹੀਂ ਹੈਗੀ ਕਿੱਧਰ ਕਿੱਧਰ ਲੰਘ ਗਈ ਕੰਮ ਤੋਂ ਤਾਂ ਸੰਦੇਹ ਆ ਜਾਂਦੇ ਸਰਪੰਚਾਂ ਦੇ ਚੱਲ ਕੋਈ ਆਉਂਦੀ ਹੋਣੀ ਚਲੋ ਇੰਨੇ ਖੋਲਦੇ ਹਾਂ ਪੰਡ ਪੁੰਡ ਆ ਗਈ ਉਹ ਕਿੱਧਰ ਰਹਿ ਗਈ ਸੀ ਅੱਜ
हाय जी मैं तो अज बाली खुश हैगी सौन लगे मैं तो खुशी का टिकाने ही नहीं है कोई। चल खुशी का फिर दसी पहला तू रुक ला मैं हरा कुटन नाल पा देंगे झोटी जी भुखी सारा दिन कम ही कराई जाया कर बस कोई गल ना सुनया कर ना दसया कर ना पुछया दसी जाई नाल दी नाल नाल दी नाल दसी जाई। चल ला के हाथ जी मैं लोकी देखे एवं पकाई मार दी गई सरपंच देखी वधिया बंदा नहीं सरपंच वर्गा तो पिंड च बंदा ही नहीं है कोई ਦਿੱਤਾ ਕਹਿੰਦਾ ਹਰਮਨ ਤੂੰ ਸੂਟ ਪਾਟਿਆ ਹੋਇਆ ਕਦੋਂ ਪਾਈ ਫਿਰਦੀ ਆ ਕਹਿੰਦਾ ਲੈ 1000 ਰੁਪਇਆ ਸੂਟ ਲੈ ਆਈ ਕਹਿੰਦਾ ਨਵਾਂ। ਉਹ ਯਾਰ ਬੇਵਕੂਫ ਜਨਾਨੀ ਦੋ ਦਿਨ ਤੈਨੂੰ ਪੋਚੇ ਲਾਉਂਦੇ ਨੇ 1000 ਰੁਪਇਆ ਲੈਣ ਦੀ ਕੀ ਲੋੜ ਤੀ ਯਾਰ ਮੈਂ ਕਿਹੜਾ ਮੰਗਿਆ ਤੀ ਉਹਨੇ ਆਪ ਦਿੱਤਾ ਹੈਗਾ ਹੁਣ ਜਵਾਬ ਤਾਂ ਦੇ ਸਕਦੀ ਤੀ ਜੀ ਦਿੱਤਾ ਸੀ ਮੈਂ ਤਾਂ ਜਵਾਬ ਮੈਂ ਕਹਿੰਦੀ ਮੈਂ ਨਹੀਂ ਲੈਣਾ ਹੈ ਉਹਨੇ ਮੱਲੋ ਮੱਲੀ ਫੜਾਤਾ ਕਹਿੰਦਾ ਚੱਲ ਕੋਈ ਨਾ ਵੀ ਤੂੰ ਸੂਟ ਲੈ ਲੇਂਗੀ ਮੈਂ ਫਿਰ ਫੜ ਲਿਆ ਮੈਂ ਕਿਹਾ ਚੱਲ ਕਾਹਨੂੰ ਜਵਾਬ ਦੇਣਾਗਾ। ਉਹ ਤੂੰ ਐਵੇਂ ਨਾ ਲੋਕਾਂ ਤੋਂ ਗੱਲਾਂ ਬਣਵਾ ਦੀ ਜਿੰਨੇ ਕੁ ਆਪਣੇ ਦੇ ਦਿਹਾੜੀ ਦਿੰਦਾ ਉਹੀ ਲੈ ਲਿਆ ਕਰ ਫਾਲਤੂ ਪੈਸਾ ਫੜਨ ਦੀ ਲੋੜ ਨਹੀਂ ਹੁੰਦਾ ਇਹ ਗੱਲਾਂ 'ਚ ਇਹ ਸਰਪੰਚ ਸਰਪੰਚ ਜੇ ਬਹੁਤ ਲੰਬਾ ਸੋਚਦੇ ਹੁੰਦੇ ਨੇ ਤੈਨੂੰ ਨਹੀਂ ਪਤਾ ਇਹਨਾਂ ਦਾ ਦਿਮਾਗ ਕਿੱਥੇ ਚੱਲਦਾ ਹੁੰਦਾ ਮੈਨੂੰ ਪਤਾ ਹੁੰਦਾ ਨਾ ਵੱਡੇ ਲੋਕਾਂ ਦੀ ਸੋਚ ਦਾ ਕਿੱਥੇ ਤੱਕ ਸੀਮਤ ਹੁੰਦੀ ਹੈ ਸਵਾਹ ਪਤਾ ਤੈਨੂੰ ਜੇ ਪਤਾ ਹੋਵੇ ਹੁਣ ਇੱਥੇ ਹੋਵੇਂ ਤੂੰ ਇਹ ਪੈਸੇ ਨੂੰ ਵੱਡਾ ਸਮਝਦੇ ਹੁੰਦੇ ਨੇ ਵੀ ਪੈਸੇ ਨਾਲ ਅਸੀਂ ਕੁਝ ਵੀ ਖਰੀਦ ਸਕਦੇ ਹਾਂ ਇਹ ਚੀਜ਼ਾਂ ਤੇ ਡਿਪੈਂਡ ਹੁੰਦਾ ਇਹ ਇੱਜ਼ਤ ਰੋਲ ਦੇ ਆਪਾਂ ਤਾਂ ਬਹੁਤੀ ਖਾਂਦੇ ਖਾਂਦੇ ਥੋੜੀ ਖਾ ਲਾਂਗੇ ਪਰ ਇਹ ਕੰਮ ਨਾ ਕਰੀ ਮੁੜ ਕੇ ਤੂੰ ਤਾਂ ਮੱਚਦਾ ਹੈਗਾ ਤੂੰ ਤਾਂ ਚਾਹੁੰਦਾ ਹੈਗਾ ਵੀ ਮੈਂ ਸੂਟ ਹੀ ਨਾ ਪਾਵਾਂ ਅਸੀਂ ਪੱਟੇ ਹੋਏ ਪਾ ਕੇ ਫਿਰਾਂ। ਅੱਛਾ ਮੇਰੀ ਇੱਜ਼ਤ ਦੀ ਤੈਨੂੰ ਕੋਈ ਲੋੜ ਨਹੀਂ ਸੂਟ ਜ਼ਿਆਦਾ ਜ਼ਰੂਰੀ ਇੱਜ਼ਤ ਤਾਂ ਮੈਂ ਕਿ ਹੁਣ ਮੋਢੇ ਤੇ ਚੱਕੀ ਫਿਰਦੀ ਆ ਇੱਜ਼ਤ ਬਾਹਰ ਮੈਂ ਵੀ ਤਾਂ ਕੰਮ ਕਰਦੇ ਨੇ ਤੰਨਾ ਮੋਢਾ ਲਵਾ ਕੇ ਚੱਲ ਘਰ ਦਾ ਗੁਜ਼ਾਰਾ ਹੋ ਜਾਊਗਾ। ਚੱਲ ਬਹੁਤਾ ਬਕਵਾਸ ਨਾ ਮਾਰ ਤੂੰ ਜਿਹੜਾ ਕੰਮ ਕੇ ਵਕਤ ਤੈਨੂੰ ਮੈਂ ਅੱਜ ਤੋਂ ਬਾਅਦ ਕਹਿੰਦਾ ਵੀ 1000 ਰੁਪਇਆ ਫੜੀ ਨਾ ਨਾ 5 ਫੜੀ ਨਾ 50 ਫੜੀ ਕਾਟ ਦੇ ਅੱਗ ਲਾ ਦੇ ਫੂਕ ਦੇ ਇਹਨੂੰ ਵੀ ਹਾਂ ਅੱਗ ਲਾ ਦੇ ਮੇਰੀ ਨਾ ਸੁਣੀ ਕਦੇ ਤੈਂ ਚੱਲ ਕਿਹੜਾ ਦੇ ਨਹੀਂ ਫੜਦੀ ਹੈਗੀ ਅੱਜ ਤੋਂ ਬਾਅਦ ਹਾਂ ਹਾਂ ਅਬ ਵੀ ਕੰਮ ਤੱਕ ਸੀਮਤ ਰੱਖਿਆ ਕਰ। ਮੈਂ ਪੂਰਾ ਹੋ ਗਿਆ ਤੂੰ ਸਰਪੰਚ ਤੋਂ ਪੈਸੇ ਲੈ ਲਈ ਆਪਣੇ ਕੋਈ ਨਾ ਮੈਨੂੰ ਤਾਂ ਹਲੇ ਮਿਸਤਰੀ ਕਹਿੰਦਾ ਵੀ ਠਹਿਰ ਕੇ ਲੈ ਕੇ ਜਾਈ ਪੈਸੇ ਤੇਰਾ ਮਿਸਤਰੀ ਨਾ ਕਰ ਟਾਈਮ ਸਿਰ ਪੈਸੇ ਦੇ ਗਿਆ ਹਰ ਵੇਰੇ ਬਹਾਨੇ ਹੀ ਮਾਰਦੇ ਰਹਿੰਦਾ ਉਹ ਤਾਂ ਉਹ ਚਲ ਆ ਮਹੀਨਾ ਲਾ ਕੇ ਯਾਰ ਕਿਸੇ ਹੋਰ ਨਾਲ ਲੱਗ ਜੂਗਾ ਇਹਦੇ ਤਾਂ ਆਹੀ ਕੰਜਰ ਕੀਤਾ ਹੈ ਕਦੇ ਕਹਿੰਦਾ ਦਾ ਪੈਸੇ ਨਹੀਂ ਹੈਗੇ ਕਦੇ ਕਹਿੰਦਾ ਦਾ ਚੱਲ ਕੇ ਕਦੇ ਕਹਿੰਦਾ ਦਾ ਅਸੀਂ ਸਾਰਿਆਂ 'ਚ ਵੰਡ ਤੇ ਹੈ ਨਹੀਂ ਜ਼ਿਮੀਂਦਾਰਾਂ ਨੇ ਦਿੱਤੇ ਇਹ ਕੰਮ ਹੈ ਤਾਂ ਸਾਰਾ ਦਿਨ ਉਦੋਂ ਕਿ ਜਦੋਂ 6-6 ਵਜੇ ਛੱਡਦਾ 7-7 ਵਜੇ ਛੱਡਦਾਗਾ ਉਦੋਂ ਦਿਹਾੜੀ ਤਾਂ ਪੂਰੀ ਤੋਂ ਵੱਧ ਕਰਾ ਲੈਂਦਾ ਹੈਗਾ ਉਹ ਤਾਂ ਓਵਰ ਟਾਈਮ ਲਵਾ ਲੈਂਦਾ ਜੇ ਆਪਣਾ ਗਰੀਬਾਂ ਦਾ ਇੰਨਾ ਜ਼ੋਰ ਚੱਲਦਾ ਹੋਵੇ ਆਪਾਂ ਕਿਸੇ ਥੱਲੇ ਲੱਗ ਕੇ ਕਾਹਨੂੰ ਕੰਮ ਕਰੀਏ ਤੂੰ ਇੱਥੋਂ ਦਾ ਦਿਮਾਗ ਤੋਂ ਕੰਮ ਲੈ ਲੈ। ਚਲ ਕੋਈ ਨਾ ਅੱਜ ਲਿਆਉਂਗੀ ਸਰਪੰਚ ਤੋਂ ਪੈਸੇ ਚਲ ਉਹ ਤੋਂ ਪੈਸੇ ਲੈ ਲਈ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ 1000 ਰੁਪਇਆ ਕਟਾ ਦੀ ਵਿੱਚ 2-3 ਬਣੂ ਆਪਣਾ 2 ਲੈ ਆਈ ਠੀਕ ਹੈ 1000 ਰੁਪਇਆ ਕਟਾ ਦੇ ਚੰਗਾ ਠੀਕ ਹੈ ਜੀ ਹਾਂ ਤੂੰ ਐਂ ਕਰੀ ਬਾਕੀ ਜਿਵੇਂ ਤੈਨੂੰ ਲੱਗਿਆ ਸੂਤ ਹੈਂ ਉਸ ਤਰ੍ਹਾਂ ਕਰ ਲਈ ਬਾਕੀ ਮੈਂ ਤਾਂ ਕਹਿੰਦਾ ਯਾਰ ਵਧੀਆ ਗੱਲ ਹੈ ਜੇ 1000 ਕਟਾ ਦੇ ਚੰਗੀ ਗੱਲ ਹੈ ਸਰਪੰਚਾਂ ਦੀ ਸੋਚ ਬਹੁਤ ਹੀ ਫਿਕਰ ਕਰਦੇ ਹਾਂ ਜੀ ਮੈਂ ਕਟਾ ਦੂੰਗੀ ਜੇ ਤਾਂ ਉਹਨੇ ਦੇਖ ਲਾ ਮੋੜ ਲੈ ਠੀਕ ਹੈ ਨਹੀਂ ਮੋੜੇ ਭਾਈ ਫਿਰ ਅਗਲੇ ਦੀ ਮਰਜ਼ੀ ਹਨਾ ਹਾਂ ਹਾਂ ਚਲੋ ਮੈਂ ਇੱਕ ਵਾਰੀ ਕਹਿ ਦੂੰਗੀ ਵੀ ਸਰਪੰਚ ਸਾਹਿਬ 1000 ਰੁਪਇਆ ਕੱਟ ਲਓ ਹਾਂ ਹਾਂ ਕਹਿੰਦੇ ਵੀ ਸਾਡਾ ਤਾਂ ਇਹਦੇ ਨਾਲ ਵਧੀਆ ਗੁਜ਼ਾਰਾ ਚੱਲੀ ਜਾਂਦਾ ਸਰਪੰਚ ਸਾਹਿਬ ਸਾਨੂੰ ਬਹੁਤੇ ਪੈਸਿਆਂ ਦੀ ਲੋੜ ਨਹੀਂ ਹੈਗੀ ਮੈਂ ਕਹਿ ਦੂੰਗੀ ਠੀਕ ਹੈ ਜੇ ਬਾਕੀ ਉਹ ਟਾਈਮ ਸਿਰ ਫਿਰ ਲੰਘ ਨਹੀਂ ਜਾਓ ਹਾਂ ਚੰਗਾ ਬਾਕੀ ਜੇ ਲੇਟ ਹੋ ਜਾਊਂਗੀ ਚੱਲ ਚੰਗਾ।
ਲੈ ਸਰਪੰਚਾ ਅੱਜ ਕਬੂਤਰੀ ਸੁੱਕੇ ਨਹੀਂ ਜਾਣ ਦਿੰਦੇ ਕਬੂਤਰੀ ਦੇ ਖੰਭ ਅੱਜ ਪੱਟ ਕੇ ਛੱਡਣੇ ਨੇ ਚਾਹੇ ਜਿਵੇਂ ਸਿਆਣੇ ਕਹਿੰਦੇ ਨੇ ਨਾ ਬਈ ਜੇ ਘਿਓ ਸਿੱਧੀ ਉਂਗਲ ਨਾਲ ਨਾ ਨਿਕਲੇ ਉਂਗਲ ਟੇਢੀ ਕਰ ਲੈਣੀ ਚਾਹੀਦੀ ਆ ਕੋਈ ਨਾ ਜੇ ਸਿੱਧੀ ਤਰ੍ਹਾਂ ਨਾ ਨਾ ਮੰਨੀ ਤਰੀਕਾ ਹੋਰ ਅਪਣਾ ਕੇ ਦੇਖਾਂਗੇ ਪਰ ਅੱਜ ਸੁੱਕੇ ਨਹੀਂ ਲੰਘਣ ਦਿੰਦਾ ਸਰਪੰਚ ਸਾਹਿਬ ਮੈਨੂੰ ਨਾ ਥੋੜ੍ਹੀ ਜਿਹੀ ਕਾਹਲੀ ਸੀ ਮੈਨੂੰ ਜੇ ਪੈਸੇ ਦੇ ਦਿੰਦੇ ਮੈਂ ਸੌਦਾ ਪੱਤਾ ਲੈ ਆਉਂਦੀ ਨਾਲੇ ਉਹ 1000 ਰੁਪਏ ਤੁਸੀਂ ਅੱਧਾ ਕੱਟ ਲਿਓ ਜੀ ਕੋਈ ਜੇ 1000 ਰੁਪਏ ਕੱਟਣਾ ਹੁੰਦਾ ਮੈਂ ਤੈਨੂੰ ਦਿੰਦੇ ਹੀ ਕਿਉਂ ਹੈ ਉਹ ਤਾਂ ਤੈਨੂੰ ਰੱਖਣ ਵਾਸਤੇ ਦਿੱਤਾ ਸੀ ਤੇਰੇ ਸ਼ੌਂਕ ਵਾਸਤੇ ਚਲੋ ਕੋਈ ਨਹੀਂ ਜੀ ਮੈਨੂੰ ਬਣਦੀ ਦਿਹਾੜੀ ਮੇਰੀ ਦੇ ਦਿਓ ਮੈਂ ਜਾਵਾਂ ਜੀ ਘਰੇ ਮੇਰੇ ਹੋਰ ਵੀ ਕੰਮ ਬਹੁਤ ਪਏ ਨੇ ਜੀ ਅੱਛਾ ਹਾਂਜੀ ਚਾਹੀਦੇ ਪੈਸੇ ਰੁਪਈਆ ਬਣਦਾ ਤੇਰਾ 3000 ਠੀਕ ਹੈ ਤੁਸੀਂ ਮੈਨੂੰ 2000 ਹੀ ਦੇ ਦਿਓ ਜੀ ਕੋਈ ਗੱਲ ਨਹੀਂ ਅੱਛਾ ਵੀ ਪੈਸੇ ਕਟਾਏਗਾ ਆਹ ਫੜ ਰੁਪਈਆ 5000 ਸਾਂਭਲਾ 2000 ਤੈਨੂੰ ਐਕਸਟਰਾ ਉਹ ਕਹਦਾ ਜੀ ਤੈਨੂੰ ਮੇਰਾ ਇੱਕ ਕੰਮ ਕਰਨਾ ਪਊਗਾ ਕੰਮ ਤਾਂ ਸਾਰੇ ਹੋ ਗਏ ਸਰਪੰਚ ਸਾਹਿਬ ਥੱਲੇ ਝਾੜੂ ਪੋਚਾ ਸਾਰਾ ਕਰਤਾ ਮੈਨੇ ਕੋਈ ਉਹ ਕੰਮ ਨਹੀਂ ਉਹ ਤਾਂ ਘਰ ਦੇ ਕੰਮ ਆ ਉਹ ਮੇਰਾ ਪਰਸਨਲ ਕੰਮ ਆਗਾ ਦੱਸੋ ਜੀ ਤੂੰ ਆਪ ਹੀ ਸਮਝਦਾਰ ਹਾਂ ਸਰਪੰਚ ਸਾਹਿਬ ਕੀ ਕਰ ਰਹੇ ਹੋ ਤੁਸੀਂ ਜੋ ਕਰਨਾ ਚਾਹੀਦਾ ਉਹ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਹੈ ਨਹੀਂਗੀ ਸ਼ਰਮ ਕਾਦੀ ਜਾ ਜੇ ਅਸੀਂ ਗਰੀਬ ਆ ਤੂੰ ਸਾਡੇ ਨਾਲ ਆ ਵਰਤਾਓ ਕਰਾਂਗੇ ਉਹ ਪੈਸੇ ਦਿੱਤੇ ਨੇ ਤੈਨੂੰ ਪੈਸੇ ਦਿੱਤੇ ਨੇ ਮੈਂ ਇੱਜ਼ਤ ਵੇਚਦੀ ਫਿਰਦੀ ਆਂਗੀ ਆਹੀ ਕੰਮਾਂ ਤੋਂ ਡਰਦੀ ਮਾਰੀ ਮੈਂ ਲੋਕਾਂ ਦੇ ਘਰੇ ਕੰਮ ਨਹੀਂ ਦੀ ਕਰਨ ਜਾਂਦੀ ਹੁੰਦੀ ਮੇਰਾ ਘਰ ਵਾਲਾ ਤਾਂ ਕਦੋਂ ਦਾ ਕਹਿਆ ਸੀਗਾ ਵੀ ਸਰਪੰਚ ਦੀ ਨੀਤ ਸਹੀ ਨਹੀਂ ਹੈਗੀ ਤੇ ਤਾਂ ਗੰਦੀ ਅੱਖ ਰੱਖਦਾ ਪਰ ਨਾ ਸਰਪੰਚ ਸਾਹਿਬ ਮੈਂ ਤੁਹਾਨੂੰ ਹਰ ਇੱਕ ਘਰ ਦੇ ਵਿੱਚ ਸਰਾਹਿਆ ਆਪਦੇ ਘਰਾਂ ਨੇ ਮੂਰੇ ਜੁੱਤੀਆਂ ਖਾਦੀਆਂ ਤੁਹਾਡੇ ਪਿੱਛੇ ਪਰ ਤੁਸੀਂ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਚਾਹੀਦੀ ਹੈ ਸ਼ਰਮ ਡੁੱਬ ਕੇ ਮਰ ਜਾਓ ਚੱਲ ਤੂੰ ਐ ਕਰ ਬਹਿ ਜਾ ਜਲੂਸ ਕਤੋਂ ਕੱਢਦੀ ਹੈ ਮੇਰਾ ਸਾਰੇ ਜਲੂਸ ਤੇਰਾ ਤਾਂ ਮੈਂ ਉਹ ਜਲੂਸ ਕੱਢੂੰਗੀ ਜਿਹੜਾ ਰਹੇ ਰੱਬ ਦਾ ਨਾਮ ਸਾਰੇ ਪਿੰਡ 'ਚ ਮੇਰੀ ਇੱਜ਼ਤ ਤੱਕ ਕਿਉਂ ਜਲੂਸ ਕੱਢ ਸਾਰੇ ਪਿੰਡ ਜਲੂਸ ਕੱਢੂੰਗੀ ਤੇਰਾ ਸਾਰਿਆਂ ਨੂੰ ਦੱਸ ਕੇ ਆਉਂਗੀ ਵੀ ਤੂੰ ਕਿਹੜੀ ਕਰਤੂਤ ਦਾ ਮਾਲਕ ਹੈ ਜੇ ਅਸੀਂ ਗਰੀਬ ਆ ਇੱਜ਼ਤ ਵੇਚਦੇ ਨਹੀਂ ਫਿਰਦੇ ਹੈਗੇ ਅਸੀਂ ਚੱਲ ਉਹ ਛੱਡ ਤੂੰ ਤੂੰ ਰੁਪਈਏ ਚਾਹੇ 10000 ਲੈ ਲੈ ਇਹ ਗੱਲ ਨੂੰ ਇੱਥੇ ਦੱਬ ਦੇ ਦੱਬਣ ਦੱਬਣ ਦੀ ਗੱਲ ਨਹੀਂ ਹੈਗੀ ਅੱਜ ਮੇਰੇ ਤੇ ਗੱਲ ਹੈ ਕੱਲ ਨੂੰ ਕੋਈ ਹੋਰ ਹੋਊਗੀ ਮੇਰੀ ਜਗ੍ਹਾ ਤੇ ਤੁਹਾਡਾ ਆਹੀ ਕੰਮ ਹੈ ਜੀ ਤੁਸੀਂ ਆਹੀ ਕੰਮ ਕਰਦੇ ਫਿਰਦੇ ਹੋ ਚੱਲ ਕੋਈ ਨਾ ਜਦ ਮੈਂ ਤੇਰੇ ਪੈਰੀਆਂ ਥਲਾ ਨਾ ਮੈਨੂੰ ਮਾਫ ਕਰ ਦੇ ਮੇਥੋਂ ਹੋ ਗਈ ਗਲਤੀ ਅਸੀਂ ਕੌਣ ਆ ਗਰੀਬ ਤੁਹਾਨੂੰ ਮਾਫ ਕਰਨ ਵਾਲੇ ਅਸੀਂ ਤਾਂ ਆਪਦਾ ਕਰਕੇ ਖਾਂਦੇ ਸੀ ਤੁਹਾਡੇ ਤਾਂ ਇਹ ਵੀ ਨਹੀਂ ਚਾਰ ਹੁੰਦਾ ਤਾਂ ਹੀ ਕੋਈ ਔਰਤ ਬਾਹਰ ਪੈਰ ਨਹੀਂ ਧਰਦੀ ਡਰਦੀ ਤੇਰੇ ਵਰਗੇ ਡਰਿੰਦਿਆਂ ਤੋਂ ਡਰਦੀ ਮਾਰੀ ਓ ਯਾਰ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਮੈਂ ਤੇਰੇ ਮੂਹਰੇ ਹੱਥ ਬੰਨਾਂਗਾ ਅੱਗੇ ਤੋਂ ਇਹੀ ਗਲਤੀ ਨਹੀਂ ਹੋਊਗੀ ਤੂੰ ਇਹ ਗੱਲ ਨੂੰ ਇੱਥੇ ਦੱਬ ਦੇ ਆਪਦਾ ਕੰਮ ਤੇ ਆ ਚੁੱਪਚਾਪ ਸਭ ਕੁਝ ਕਰ ਤੈਨੂੰ ਸਾਰਾ ਕੁਝ ਮਿਲੂਗਾ ਸਰਪੰਚ ਸਾਹਿਬ ਹਰੇਕ ਔਰਤ ਬੇਇੱਜ਼ਤੀ ਨੂੰ ਤੁਰੀ ਫਿਰਦੀ ਹੁੰਦੀ ਆਪਦੀ ਇੱਜ਼ਤ ਦੀ ਪਰਵਾਹ ਸਭ ਨੂੰ ਹੁੰਦੀ ਹੈਗੀ ਪਰ ਤੁਹਾਡੇ ਵਰਗੇ ਇਨਸਾਨ ਨਾ ਤਾਂ ਔਰਤ ਨੂੰ ਘਰ 'ਚ ਜਿਉਣ ਦਿੰਦੇ ਨੇ ਅਤੇ ਨਾ ਬਾਹਰ ਕੰਮ ਕਰਕੇ ਖਾਣ ਦਿੰਦੇ ਨੇ ਜੇ ਅੱਜ ਅਸੀਂ ਗਰੀਬ ਹਾਂ ਗਰੀਬੀ ਦਲਦਲ 'ਚ ਧੱਸੇ ਹੋਇਆਂਗੇ ਤਾਂ ਤੁਸੀਂ ਸਾਡੀ ਮਜਬੂਰੀ ਦਾ ਫਾਇਦਾ ਚੱਕ ਦਿਓਗੇ ਯਾਰ ਮੈਂ ਸ਼ਰਮਿੰਦਾ ਗਾ ਮੈਂ ਆਪਦੀ ਗਲਤੀ ਅੱਗੇ ਸ਼ਰਮਿੰਦਾ ਗਾ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੈਨੂੰ ਗਲਤ ਸਮਝਿਆ ਪਰ ਤੂੰ ਇੱਕ ਸਹੀ ਜਨਾਨੀ ਹੈਗੀ ਮੈਂ ਤੇਰੀ ਇੱਜ਼ਤ ਕਰਦਾ ਯਾਰ ਆ ਮੰਨੇ ਤੁਹਾਡੇ ਮੂਹਰੇ ਹੱਥ ਮੈਨੂੰ ਨਾ ਤੁਹਾਡੇ ਪੈਸਿਆਂ ਦੀ ਲੋੜ ਹੈ ਅਤੇ ਨਾ ਤੁਹਾਡੇ ਕੰਮ ਦੀ ਲੋੜ ਹੈਗੀ ਮੈਂ ਆਪਦੇ ਘਰ 'ਚ ਰਾਣੀ ਹਾਂ ਮੇਰਾ ਬੰਦਾ ਰੱਬ ਵਰਗਾ ਹੈਗਾ ਚੱਲ ਤੂੰ ਤੈਨੂੰ ਕੰਮ ਵੀ ਮਿਲੂ ਸਾਰਾ ਕੁਛ ਮਿਲੂ ਚਾਹੇ ਮੈਥੋਂ ਪੈਸੇ ਹੋਰ ਲੈ ਲੈ ਪਰ ਇਹ ਗੱਲ ਇੱਥੇ ਦੱਬ ਦੇ ਮੈਂ ਅੱਗੇ ਸਰਪੰਚੀ 'ਚ ਖੜਾ ਹੋਣਾ ਵੋਟਾਂ ਨਾਲ ਮੈਂ ਸੀ ਮੇਰੇ ਅੱਖਾਂ ਅੱਗੇ ਸੂਟਾਂ ਦੀ ਆ ਪੱਟੀ ਬੰਨੇਗੀ ਵੀ ਨਵਾਂ ਸੂਟ ਪਾਊਂਗੀ ਮੈਨੂੰ ਨਹੀਂ ਸੀ ਪਤਾ ਸਰਪੰਚ ਸਾਹਿਬ ਤੁਹਾਡੇ ਗੰਦੇ ਇਰਾਦਿਆਂ ਦਾ ਸ਼ਰਮ ਕਰੋ ਸ਼ਰਮ ਕਰੋ ਅੱਜ ਤੋਂ ਬਾਅਦ ਤੁਹਾਡੇ ਘਰ 'ਚ ਪੈਰ ਵੀ ਨਹੀਂ ਪਾਊਂਗੀ ਮੈਂ ਦੋਸਤੋ ਇਹ ਸਿਰਫ ਇੱਕ ਕਹਾਣੀ ਹੀ ਨਹੀਂ ਹੈ ਬਲਕਿ ਅੱਜ ਕੱਲ੍ਹ ਦੇ ਕਲਯੁਗੀ ਜ਼ਮਾਨੇ ਦੀ ਇੱਕ ਕੌੜੀ ਸੱਚਾਈ ਹੈ ਭਾਵੇਂ ਕਿ ਔਰਤਾਂ ਨੇ ਪਹਿਲੇ ਜ਼ਮਾਨੇ ਦੇ ਮੁਕਾਬਲੇ ਅੱਜ ਕੱਲ੍ਹ ਬਹੁਤ ਤਰੱਕੀ ਕਰ ਲਈ ਹੈ ਪਰ ਕੁਝ ਕੁ ਅਮੀਰ ਲੋਕ ਅੱਜ ਕੱਲ੍ਹ ਵੀ ਘਰ ਆਈਆਂ ਔਰਤਾਂ ਜਾਂ ਕੰਮ ਕਰਨ ਵਾਲੀਆਂ ਔਰਤਾਂ ਨਾਲ ਬਹੁਤ ਗਲਤ ਵਿਵਹਾਰ ਕਰਦੇ ਹਨ ਅਤੇ ਆਪਣੇ ਪੈਸੇ ਦੇ ਜ਼ੋਰ 'ਤੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਹਨ ਪਰ ਅਜਿਹਾ ਕਰਨਾ
बहुत गलत है ते अजिहे व्यक्तियों विरुद्ध औरतों वालों सख्त कार्रवाई करवानी चाहिए है अते उन्हां नूं कदे भी माफ़ नहीं करना चाहिए ता जो अजिहा वतीरा समाज विच्चों खत्म हो सके।